ਪੰਜਾਬ ਦੀ ਹਿੱਸੇਦਾਰੀ ਹੈ ਜਿਹੜੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚੋਂ ਖਤਮ ਕਰ ਦਿੱਤੀ ਗਈ ਹੈ ਇਸ ਨੂੰ ਕਿਸ ਤਰ੍ਹਾਂ ਦੇਖਦੇ ਜਦ ਤੋਂ ਦੇਸ਼ ਆਜ਼ਾਦ ਹੋਇਆ ਉਦੋਂ ਤੋਂ ਹੀ ਪੰਜਾਬ ਨੂੰ ਘਟਨ ਦੀਆਂ ਪੰਜਾਬ ਨੂੰ ਕਮਜ਼ੋਰ ਕਰਨ ਦੀਆਂ ਜਿਹੜੀਆਂ ਚਾਲਾਂ ਨੇ ਉਹ ਚਲੀਆਂ ਜਾ ਰਹੀਆਂ ਨੇ ਕਿਉਂ ਕਿਉਂ ਕਰੇ ਚਲੀਆਂ ਜਾ ਰਹੀਆਂ ਨੇ ਇਹ ਚਾਲਾਂ ਪੰਜਾਬ ਤੋਂ ਕੀ ਖਤਰਾ ਹੈ ਵੀ 1849 ਦੇ ਵਿੱਚ ਸਾਇਦ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਤਮ ਹੋਇਆ ਅੱਜ ਤੋਂ ਦੇਖ ਲਓ ਕਿੰਨੇ 1.5 200 ਸਾਲ ਹੋ ਗਏ ਵੀ ਉਸ ਸਮੇਂ ਅਸੀਂ ਇੰਨੀ ਤਰੱਕੀ ਦੇ ਵਿੱਚ ਸੀ ਪਰ ਜਿਹੜੇ ਡੋਗਰੇ ਨੇ ਸਮੇਂ-ਸਮੇਂ ਤੇ ਪੈਦਾ ਹੁੰਦੇ ਰਹੇ ਉਹ ਸਾਨੂੰ ਪੰਜਾਬ ਨੂੰ ਖਤਮ ਕਰਨ ਦੀਆਂ ਪੰਜਾਬ ਨੂੰ ਟਾઉન ਕਰਨ ਜਿਹੜੀਆਂ ਚਾਲਾਂ ਚੱਲਦੇ ਰਹੇ ਸੈਂਟਰ ਦਾ ਪਤਾ ਨਹੀਂ ਕੀ ਮਤਲਬ ਦੁਸ਼ਮਣੀਆਂ ਪੰਜਾਬ ਨਾਲ ਸਾਡੇ ਜੱਸਾ ਸਿੰਘ ਰਾਮਗੜੀਆ ਹੋਏ ਨੇ ਨਾ ਸਾਡੇ ਮਹਾਨ ਜਰਨੈਲ ਉਹ ਹਰਖ ਦੇ ਵਿੱਚ ਆ ਕੇ ਇਹਨੂੰ ਦਿੱਲੀ ਦੇ ਤਖਤ ਨੂੰ ਘਰੀਸ ਕੇ ਲੈ ਆਇਆ ਸੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਪਿਆ ਪਤਾ ਨਹੀਂ ਇਹਨਾਂ ਨੂੰ ਕੀ ਤਕਲੀਫ ਹੈ ਜਦੋਂ ਵੇ ਸਾਡੀਆਂ 96% ਕੁਰਬਾਨੀਆਂ ਨੇ ਹਿੰਦੁਸਤਾਨ ਦੀ ਆਜ਼ਾਦੀ ਦੇ ਵਿੱਚ ਕਦੇ ਵੀ ਭਾਰਤ ਨੂੰ ਲੋੜ ਕਿਉਂ ਸਾਡਾ ਆਪਣਾ ਭਾਰਤ ਹੈ ਸਾਡਾ ਆਪਣਾ ਹਿੰਦੁਸਤਾਨ ਕਦੇ ਵੀ ਲੋੜ ਪੈਂਦੀ ਆ ਸੀ ਮੂਰਲੀ ਕਤਾਰ ਦੇ ਵਿੱਚ ਖੜਦੇ ਆ ਤੁਹਾਡਾ ਤਾਂ ਭਾਈ ਜੀ ਇਹ ਤਾਂ ਹੈ ਜੇ ਤੁਸੀਂ ਕੁਰਬਾਨੀਆਂ ਕਰਦੇ ਹੋ ਜੇ ਆਪਣੇ ਹੱਕਾਂ ਦੀ ਗੱਲ ਕਰਦੇ ਹੋ ਤੁਹਾਨੂੰ ਦੇਸ਼ ਗਰੋਹੀ ਕਰਾਰ ਦਿੱਤਾ ਜਾਂਦਾ ਸਾਡੀਆਂ ਏਡੇ ਏਡੇ ਸਾਡੇ 5 5 ਵਾਰ ਸੀਐਮ ਰਹੇ ਨੇ 2 2 ਵਾਰ 3 3 ਮੂੰਹ ਟੁੱਟ ਜਵੇ ਇਹਨਾਂ ਦਾ ਜੇ ਇਹਨਾਂ ਨੇ ਸੈਂਟਰ ਨੂੰ ਕੋਈ ਧਮਕੀ ਦਿੱਤੀ ਹੋਵੇ ਵੀ ਸਾਡੀ ਆ ਮੈਂਬਰੀ ਕਿਉਂ ਖਤਮ ਕਰੀ ਐ ਅਸੀਂ ਧਰਨੇ ਦਵਾਂਗੇ ਅਸੀਂ ਇਹਦੇ ਜਹਾਜ਼ ਛੇੜਾਂਗੇ ਅੱਜ ਪੰਜਾਬ ਆ ਜਿਹੜਾ ਜੇ ਲਵਾਰਤ ਹੋਇਆ ਪਿਆ ਧਾਰਮਿਕ ਪੱਖੋਂ ਆਰਥਿਕ ਪੱਖੋਂ ਤੇ ਰਾਜਨੀਤਿਕ ਪੱਖੋਂ ਉਹ ਖਜ਼ਾਨਾ ਮੰਤਰੀ ਉਹਦਾ ਨਾਮ ਖਾਲੀ ਮੰਤਰੀ ਰੱਖਤਾ ਅੱਗੇ ਹੁੰਦਾ ਸੀ ਨਾ ਉਹ ਡੀਸੀ ਕੌਣਾ ਜੀ ਬਖਤਾਵਰ ਸਿੰਘ ਬਰਾੜ ਫਲਾਣਾ ਕੌਣਾ ਫਤੇਸਿਓਂ ਜੀ ਐਸਡੀਐਮ ਕੌਣਾ ਕਰਮਸਿਓਂ ਜੀ ਮਤਲਬ ਜਿਹੜੇ ਉੱਚੇ ਰੁਤਬਿਆਂ ਤੇ ਸੀ ਉਹ ਸਾਡੇ ਪੰਜਾਬੀ ਹੁੰਦੇ ਸੀ ਮੈਂ ਕੋਈ ਮਾੜਾ ਨਹੀਂ ਕਹਿੰਦਾ ਜਿਹੜੇ ਮਤਲਬ ਫੋਰ ਕਲਾਸ ਹੁੰਦੇ ਸੀ ਉਹ ਸਾਡੇ ਨੇਪਾਲੀ ਵੀਰ ਜਾਂ ਯੂਪੀਆਰ ਬਿਹਾਰ ਤੋਂ ਆ ਕੇ ਮਤਲਬ ਸਾਡੇ ਫੋਰ ਕਲਾਸ ਹੁੰਦੇ ਸੀ ਸਾਡੇ ਜਿਹੜੇ ਰੁਤਬੇ ਹੁੰਦੇ ਸਾਡੇ ਡੀਸੀ ਐਸਐਸਪੀ ਆਈਏਐਸ ਅਫਸਰ ਪੀਸੀਐਸ ਉਹ ਸਾਡੇ ਸਾਰੇ ਕਿਉਂ ਸਾਡੀ ਮਾਰਸਲ ਕੌਣ ਸੀ ਵਧੀਆ ਕੌਣ ਸੀ ਪਰ ਅੱਜ ਸਾਡੀ ਇਸ ਮਾੜੀ ਲੀਡਰਸ਼ਿਪ ਨੇ ਇਹਨਾਂ ਮਾੜੇ ਪ੍ਰਬੰਧਾਂ ਨੇ ਜਿਵੇਂ ਅੱਜ ਉੱਥੋਂ ਮੈਨੇਜਮੈਂਟ ਤੋਂ ਸਾਡਾ ਕੋਟਾ ਖਤਮ ਹੋ ਗਿਆ ਉਸੇ ਤਰ੍ਹਾਂ ਹੁਣ ਨਾ ਜਿਹੜੇ ਆਈਏਐਸ ਅਫਸਰ ਲੱਗਦੇ ਨੇ ਉਹ ਫਲਾਣਾ ਰਾਮਚੰਦ ਫਲਾਣਾ तिमਕਾ ਉਹ ਸਾਰੇ ਝੁਕੀ ਸਾਡੇ ਆਲੇ ਬਾਹਰ ਗੇਟਾਂ ਤੇ ਪਾਣੀ ਦੇ ਗਲਾਸ ਫੜਾਉਣ ਵਾਸਤੇ ਖੜੇ ਨੇ ਜਿਸ ਤਰ੍ਹਾਂ ਹੁਣ ਦੁਕਾਨਾਂ ਤੇ ਪਾਣੀ ਮੁੱਲ ਵਿਕਦਾ ਹੈ ਦੇਖੋ ਪਾਣੀ ਪੰਜਾਬ 'ਚ ਤਾਂ ਨਹੀਂ ਮੁੱਲ ਵਿਕਣਾ ਪੀਣ ਨੂੰ ਵੀ ਮੁੱਲ ਲੰਨੇ ਆ ਮੈਨੂੰ ਤਾਂ ਇਹ ਲੱਗਦਾ ਵੀ ਜੇ ਅਜਿਹੇ ਹੀ ਹਾਲਾਤ ਰਹੇ ਪੰਜਾਬ ਦੇ ਵੀ ਅਸੀਂ ਆਕਸੀਜਨ ਵੀ ਐਮ ਨਾਲ ਢੋਲੀਆਂ ਬਨ ਕੇ ਲਾ ਕੇ ਫਿਰਿਆ ਕਰਾਂਗੇ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਹਾਲਾਤ ਹੋਣਗੇ ਜੇ ਅਸੀਂ ਲੋਕ ਨਾ ਸੁਧਰੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਵਾਣਾ ਪੰਜਾਬ ਬੜੇ ਲੰਮੇ ਟਾਈਮ ਤੋਂ ਪੰਜਾਬ ਨੂੰ ਸੰਘਿਆ ਜਾ ਰਿਹਾ ਪੰਜਾਬ ਨੂੰ ਖੁਰਦਲਾਇਆ ਜਾ ਰਿਹਾ ਪੰਜਾਬ ਦੀਆਂ ਜੜ੍ਹਾਂ ਨੇ ਜਿਹੜੀਆਂ ਉਹ ਖੋਖਲੀਆਂ ਕਰਨ ਦੇ ਲਈ ਬੜੇ ਜਿਹੜੀਆਂ ਚਾਲਾਂ ਨੇ ਉਹ ਚੱਲੀਆਂ ਜਾ ਰਹੀਆਂ ਨੇ ਬੀਤੇ ਦਿਨੀ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚੋਂ ਪੰਜਾਬ ਦੀ ਹਿੱਸੇਦਾਰੀ ਹੈ ਜਿਹੜੀ ਉਹ ਖਤਮ ਕਰ ਦਿੱਤੀ ਗਈ ਜਿਸ ਦਾ ਮੁੱਦਾ ਕਾਫੀ ਭਖਿਆ ਹੈ ਰਾਜਨੀਤਿਕ ਪਾਰਟੀਆਂ ਦੇ ਆਗੂ ਨੇ ਜਿਹੜੇ ਹੁਣ ਉਹ ਵੀ ਕਹਿ ਰਹੇ ਨੇ ਕੀ ਅਸੀਂ ਸੈਂਟਰ ਨਾਲ ਗੱਲ ਕਰਾਂਗੇ ਇਸ ਸੰਬੰਧੀ ਪੰਜਾਬ ਦੇ ਹੱਕ ਨੇ ਜਿਹੜੇ ਪੰਜਾਬ ਨੂੰ ਮਿਲਣੇ ਚਾਹੀਦੇ ਨੇ ਪੰਜਾਬ ਦੇ ਹੱਕ ਨਹੀਂ ਖੋਣੇ ਚਾਹੀਦੇ ਇਸ ਸੰਬੰਧ ਦੇ ਵਿੱਚ ਗੱਲ ਕਰਨ ਦੇ ਲਈ ਸਾਡੇ ਨਾਲ ਭਾਸ਼ੋ ਤੋਂ ਐਮਸੀ ਨੇ ਸਰਦਾਰ ਗੋਪਾਲ ਸਿੰਘ ਖਨੌੜਾ ਜੀ ਖਨੌੜਾ ਜੀ ਫਤਿਹ ਅਰਜ਼ ਕਰਦੇ ਆਂ ਜੀ ਵੈਗਰੂ ਜੀ ਕਾ ਖਾਲਸਾ ਵੈਗਰੂ ਫਤਿਹ ਕਿਸ ਤਰ੍ਹਾਂ ਦੇਖਦੇ ਹੋ ਜੀ ਪੰਜਾਬ ਦਾ ਮੁੱਦਾ ਏ ਜਿਹੜਾ ਬਹੁਤ ਸੰਗੀਨ ਮੁੱਦਾ ਏ ਪੰਜਾਬ ਦੀ ਹਿੱਸੇਦਾਰੀ ਆ ਜਿਹੜੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚੋਂ ਖਤਮ ਕਰ ਦਿੱਤੀ ਗਈ ਆ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਪਹਿਲਾਂ ਤਾਂ ਜੀ ਤੁਹਾਡਾ ਧੰਨਵਾਦ ਆ ਵੀ ਤੁਸੀਂ ਅੱਜ ਇੱਕ ਅਹਿਮ ਮੁੱਦੇ ਨੂੰ ਜਿਹਦੀ ਕਿ ਬਹੁਤ ਹੀ ਜ਼ਰੂਰਤ ਹੈ ਇਸ ਵਿਸ਼ੇ ਤੇ ਤੋਰਨ ਦੀ ਕਿਉਂਕਿ ਜਦ ਤੋਂ ਦੇਸ਼ ਆਜ਼ਾਦ ਹੋਇਆ ਉਦੋਂ ਤੋਂ ਹੀ ਪੰਜਾਬ ਨੂੰ ਘੜਨ ਦੀਆਂ ਪੰਜਾਬ ਨੂੰ ਕਮਜ਼ੋਰ ਕਰਨ ਦੀਆਂ ਜਿਹੜੀਆਂ ਚਾਲਾਂ ਨੇ ਉਹ ਚਲੀਆਂ ਜਾ ਰਹੀਆਂ ਨੇ ਕਿਉਂ ਕਿਉਂ ਕਰੇ ਚਲੀਆਂ ਜਾ ਰਹੀਆਂ ਨੇ ਇਹ ਚਾਲਾਂ ਪੰਜਾਬ ਤੋਂ ਕੀ ਖਤਰਾ ਹੈ ਪੰਜਾਬ ਇੱਕ ਜਿਹੜੀ ਮਾਰਸਲ ਕੌਮ ਰਹੀ ਹੈ ਪਿਛਲੇ ਸਮੇਂ ਤੋਂ ਹੀ ਸਾਡਾ ਮਹਾਰਾਜਾ ਰਣਜੀਤ ਸਿੰਘ ਵੇਲੇ ਖਾਲਸਾ ਰਾਜ ਹੂੰ ਉਸ ਦੇ ਵਿੱਚ ਖਾਲਸਾ ਰਾਜ ਦਾ ਮੀਨ ਜੇ ਨਹੀਂ ਵੀ ਸਿੱਖਾਂ ਦਾ ਰਾਜ ਹੂੰ ਖਾਲਸਾ ਮਤਲਬ ਖਾਲਸ ਰਾਜ ਜਿੱਤੇ ਹਿੰਦੂ ਨੂੰ ਮੁਸਲਮਾਨ ਨੂੰ ਸਿੱਖ ਨੂੰ ਅਸਾਈ ਨੂੰ ਵੀ ਬਹੁਤ ਵਧੀਆ ਮਤਲਬ ਰਾਜ ਭਾਗ ਮਿਲੇ ਜੀ ਪਰ ਜਿਸ ਤਰ੍ਹਾਂ ਅੱਜ ਡੋਗਰੇ ਪੈਦਾ ਹੋਏ ਨੇ ਹੂੰ ਉਸੇ ਉਸੇ ਤਰ੍ਹਾਂ ਹੀ ਉਸ ਸਮੇਂ ਵਿੱਚ ਵੀ ਡੋਗਰੇ ਪੈਦਾ ਹੋਏ ਹੂੰ ਉਹਨਾਂ ਨੇ ਵੀ ਸਾਡਾ ਜਿਹੜਾ ਐਡਾ ਵਿਸਾਲ ਖਾਲਸਾ ਰਾਜ ਇੱਧਰ ਲੇ ਲਦਾਖ ਇੱਧਰ ਅਫਗਾਨਿਸਤਾਨ ਦਿੱਲੀ ਤੋਂ ਅੱਗੇ ਉਹ ਜਿੱਥੇ ਆਪਣਾ ਗੁਰੂ ਕਾ ਤਾਲ ਗੁਰੂਦਵਾਰਾ ਹੈ ਉੱਥੇ ਤੱਕ ਉਹ ਸਾਡਾ ਖਾਲਸਾ ਰਾਜਤੀ ਪਰ ਜਿਸ ਤਰ੍ਹਾਂ ਅੱਜ ਡੋਗਰੇ ਪੈਦਾ ਹੋਏ ਨੇ ਉਸੇ ਤਰ੍ਹਾਂ ਹੀ ਉਸ ਸਮੇਂ ਡੋਗਰੇ ਪੈਦਾ ਹੋਏ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਹੋਈ ਉਹਨਾਂ ਤੋਂ ਬਾਅਦ ਜਈਆਂ ਚਾਲਾਂ ਚੱਲੀਆਂ ਉਹ ਸਾਡਾ ਜਿਹੜਾ ਰਾਜ ਖਤਮ ਕੀਤਾ ਇਹਨਾਂ ਨੇ ਪਰ ਉਸ ਰਾਜ ਖਤਮ ਕਰਨ ਦੇ ਜਿਹੜੇ ਘਾਟੇ ਪਏ ਨੇ ਉਹ ਐਡੇ ਭਿਆਨਕ ਡੇ ਮਹਾ ਘਾਟੇ ਨੇ ਜਿਹੜੇ ਅੱਜ ਸਾਡੇ ਬੱਚੇ ਵਿਦੇਸ਼ਾਂ ਦੇ ਵਿੱਚ ਪੜਨ ਜਾ ਰਹੇ ਨੇ ਉਹ ਜਦੋਂ ਸਾਡਾ ਉਰੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਚਾਈਨਾ ਦੇ ਵਿੱਚੋਂ ਰਸ਼ੀਆ ਦੇ ਵਿੱਚੋਂ ਵਿਦੇਸ਼ਾਂ ਚੋਂ ਬੱਚੇ ਜਿਹੜੇ ਉਰੇ ਪੜਾਈ ਕਰਨ ਆਉਂਦੇ ਸੀ ਅੰਗਰੇਜ਼ ਜਿਨ੍ਹਾਂ ਨੇ ਰਾਜ ਕਰਿਆ ਸਾਰੀ ਉਹ ਬਹੁਤ ਇਹ ਗੱਲ ਨੂੰ ਉਹਤੀ ਬੀਏ ਵਿੱਦਿਆ ਘਟਾਂਚਾ ਜਿਹੜਾ ਇਹਨਾਂ ਦਾ ਸਿਸਟਮ ਐਡਾ ਪਕਵੇਂ ਆ ਕਿਉਂਕਿ ਮਹਾਰਾਜਾ ਜੀ ਸਿੰਘ ਪੜ੍ਹੇ ਵੇ ਬਹੁਤ ਘੱਟ ਸੀ ਪਰ ਉਹਨਾਂ ਨੇ ਇੱਕ एलान ਤੀ ਵੀ ਜੇ ਕਿਤੇ ਵੀ ਗੁਰਦੁਆਰਾ ਬਣਾਉਣਾ ਹੈ ਕਿਤੇ ਮੰਦਿਰ ਬਣਾਉਣਾ ਹੈ ਕਿਤੇ ਮਸਜਿਦ ਬਣਾਉਣੀ ਹੈ ਉੱਥੇ ਨਾਲ ਦੀ ਨਾਲ ਸਕੂਲ ਆ ਜਿਹੜਾ ਵਿੱਦਿਆ ਘਟਾਂਚਾ ਜਿਹੜਾ ਉਹ ਬਣਾਉਣਾ ਆ ਸਾਡੇ ਉੱਚਾ ਪਿੰਡ ਸੰਘੋੜਾ ਇੱਥੇ ਬਹੁਤ ਵੱਡੀ ਯੂਨੀਵਰਸਿਟੀ ਸੀ ਚైనా ਦੇ ਹੋਰ ਬਾਹਰੋਂ ਵਿਦਿਆਰਥੀ ਜਿਹੜੇ ਉੱਥੇ ਅਕਸਰ ਪੜ੍ਹਨ ਆਉਂਦੇ ਸੀ ਮਤਲਬ ਤੁਸੀਂ ਹਿਸਾਬ ਲਾ ਲਓ ਵੀ 1849 ਦੇ ਵਿੱਚ ਸਾਇਦ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖਤਮ ਹੋਇਆ ਅੱਜ ਤੋਂ ਦੇਖ ਲਓ ਕਿੰਨੇ 1.5 200 ਸਾਲ ਹੋ ਗਏ ਵੀ ਉਸ ਸਮੇਂ ਅਸੀਂ ਇੰਨੀ ਤਰੱਕੀ ਦੇ ਵਿੱਚ ਸੀ ਪਰ ਜਿਹੜੇ ਡੋਗਰੇ ਨੇ ਸਮੇਂ-ਸਮੇਂ ਤੇ ਪੈਦਾ ਹੁੰਦੇ ਰਹੇ ਉਹ ਸਾਨੂੰ ਪੰਜਾਬ ਨੂੰ ਖਤਮ ਕਰਨ ਦੀਆਂ ਪੰਜਾਬ ਨੂੰ ਡਾਊਨ ਕਰਨ ਦੀਆਂ ਚਾਲਾਂ ਚੱਲਦੇ ਰਹੇ ਉਸੇ ਕੜੀ ਦੇ ਤਹਿਤ ਸੈਂਟਰ ਦਾ ਪਤਾ ਨਹੀਂ ਕੀ ਮਤਲਬ ਦੁਸ਼ਮਣੀਆਂ ਪੰਜਾਬ ਨਾਲ ਸਾਡੇ ਜੱਸਾ ਸਿੰਘ ਰਾਮਗੜੀਆ ਹੋਏ ਨੇ ਨਾ ਹੂੰ ਸਾਡੇ ਮਹਾਨ ਜਰਨੈਲ ਉਹ ਹਰਖ ਦੇ ਵਿੱਚ ਆ ਕੇ ਇਹਨੂੰ ਦਿੱਲੀ ਦੇ ਤਖਤ ਨੂੰ ਕਢੀਸ ਕੇ ਲੈ ਆਇਆ ਸੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਪਿਆ ਪਤਾ ਨਹੀਂ ਇਹਨਾਂ ਨੂੰ ਕੀ ਤਕਲੀਫ ਹੈ ਜਦੋਂ ਵੇ ਸਾਡੀਆਂ 96% ਕੁਰਬਾਨੀਆਂ ਨੇ ਹਿੰਦੁਸਤਾਨ ਦੀ ਆਜ਼ਾਦੀ ਦੇ ਵਿੱਚ ਕਦੇ ਵੀ ਭਾਰਤ ਨੂੰ ਲੋੜ ਕਿਉਂ ਸਾਡਾ ਆਪਣਾ ਭਾਰਤ ਹੈ ਸਾਡਾ ਆਪਣਾ ਹਿੰਦੁਸਤਾਨ ਕਦੇ ਵੀ ਲੋੜ ਪੈਂਦੀ ਆ ਸੀ ਮੂਰਲੀ ਕਤਾਰ ਦੇ ਵਿੱਚ ਖੜਦੇ ਆ ਥੋੜਾ ਤਾਂ ਭਾਈ ਜੀ ਇਹ ਤਾਂ ਹੈ ਜੇ ਤੁਸੀਂ ਕੁਰਬਾਨੀਆਂ ਕਰਦੇ ਹੋ ਜੇ ਆਪਣੇ ਹੱਕਾਂ ਦੀ ਗੱਲ ਕਰਦੇ ਹੋ ਤੁਹਾਨੂੰ ਦੇਸ਼ ਦਰੋਹੀ ਕਰਾਰ ਦਿੱਤਾ ਜਾਂਦਾ ਮੈਂ ਉਸੇ ਗੱਲ ਤੋਂ ਆਉਣਾ ਚਾਹੁੰਨਾ ਜੀ ਇਹਨਾਂ ਨੇ ਅੱਜ ਉਸੇ ਘੜੀ ਦੇ ਵਿਰੁੱਧ ਰੱਖਦੇ ਹੋਏ ਜਿਹੜਾ ਭਾਖੜਾ ਮੈਨੇਜਮੈਂਟ ਆ ਜਿਹੜਾ ਬੋਰ ਪਹਿਲਾਂ ਤਾਂ ਡੈਮ ਕਿਸ ਤਰ੍ਹਾਂ ਬਣਿਆ ਜਦੋਂ ਇਹ ਡੈਮ ਹੋਣ ਦੇ ਵਿੱਚ ਆਇਆ ਇੰਜੀਨੀਅਰਾਂ ਨੇ ਜਦੋਂ ਪਾਣੀ ਛੱਡਣਾ ਤੇ ਉਹਨਾਂ ਨੇ ਹੱਥ ਖੜੇ ਕਰਤੇ ਸੀ ਵੀ ਜਿਹੜਾ ਇਹ ਡੈਮ ਹੈ ਵੀ ਜੇ ਟੁੱਟ ਗਿਆ ਅੱਧਾ ਪੰਜਾਬ ਤਾਂ ਇੱਕ ਟਾਈਮ 'ਚ ਮਰ ਜੂ ਵੀ ਇੰਨਾ ਨਾ ਪਾਣੀ ਚੜਜੂ ਵੀ ਅੱਧਾ ਪੰਜਾਬ ਇੱਕ ਟਾਈਮ ਮਰ ਜੂ ਪਰ ਉਦੋਂ ਗੁਰਦੇਵਾਲਾ ਮੁੱਖ ਮੰਤਰੀ ਸੀ ਪੰਜਾਬ ਨੂੰ ਮਿਲਿਆ ਵਾ ਜੱਟ ਆਣ ਜਿਹੜਾ ਵਿਦੇਸ਼ ਦੇ ਵਿੱਚ ਪੜ੍ਹਾਈ ਕਰਕੇ ਆਇਆ ਔਰ ਜਿੱਥੇ ਐ ਮੰਜੇ ਦੇ ਪੀੜੀ ਤੇ ਜਿੱਥੇ ਉੱਥੇ ਹੀ ਬਹਿ ਜਾਂਦਾ ਤੇ ਅੱਜ ਵਾਲੇ ਨਹੀਂ ਤੇ ਵੀ ਏਸੀਆਂ ਚੋਂ ਨਹੀਂ ਨਿਕਲਣਾ ਆ ਕਰੋਨਾ ਦਾ ਬਹਾਨਾ ਬਣਾ ਕੇ ਦੋ ਦੋ ਸਾਲ ਕਮਰਿਆਂ ਚੋਂ ਨਹੀਂ ਨਿਕਲੇ ਉਹ ਕਹਿੰਦਾ ਵੀ ਮੈਂ ਚਲਦਾ ਉੱਥੇ ਜਾ ਕੇ ਉਹਨੇ ਇੰਜੀਨੀਅਰਾਂ ਨੂੰ ਪੁੱਛਿਆ ਵੀ ਕੀ ਪ੍ਰੋਬਲਮ ਹੈ ਹੂੰ ਉਹ ਸੀਐਮ ਸਾਹਿਬ ਤੇ ਦੇ ਲੋ ਆ ਡਾਕਟਰ ਮਨੋਰ ਸਿੰਘ ਗਿੱਲ ਜਿਹੜੇ ਚੋਣ ਕਮਿਸ਼ਨਰ ਇਹ ਉਦੋਂ ਆਈਏਐਸ ਅਫਸਰਾਂ ਦੇਤੀ ਨਾਲ ਇਹ ਵੀ ਗੁਰਦੇ ਵਾਲਾ ਜੱਟ ਹੈ ਪੂਰਾ ਐਨ ਕਾਇਮ ਹੂੰ ਇਹ ਕਹਿੰਦੇ ਵੀ ਹੱਲ ਕੀ ਆ ਕਹਿੰਦੇ ਜੀ ਗੱਲ ਇਹ ਆ ਵੀ ਉੱਥੇ ਜਦ ਬੰਦੇ ਖੜਨਗੇ ਵੀ ਜਦ ਪਾਣੀ ਛੱਡਣਾ ਵੀ ਇਹ ਡੈਮ ਟੁੱਟ ਸਕਦਾ ਜੀ ਉਹ ਕਹਿੰਦੇ ਹੱਲ ਕੀ ਆ ਉਹ ਕਹਿੰਦਾ ਵੀ ਇੰਨੀਆਂ ਟ੍ਰੇਨਾਂ ਦੀਆਂ ਟ੍ਰੇਨਾਂ ਆਉਂਦੇ ਤੇ ਇੰਨਾ ਸਿਮਿੰਟ ਡਿੱਗਦਾ ਤੇ ਇਹ ਡੈਮ ਬਣਦਾ ਤੇ ਹੂੰ ਫੇਰ ਉਹ ਸਾਡਾ ਸਤਕਾਰਯੋਗ ਜਿਹੜਾ ਸਾਫਕਾ ਸੀਐਮਟੀ ਕੈਰੋਂ ਉਹ ਨਾਲ ਉੱਥੇ ਗਿਆ ਹੈਠਾਂ ਜਿੱਥੇ ਪਾਣੀ ਡਿੱਗਦਾ ਹੈ ਉੱਥੇ ਇੰਜੀਨੀਅਰ ਗਏ ਕਈਆਂ ਤਾਂ ਕਹਿੰਦੇ ਵੀ ਲੱਤਾਂ ਕੰਬਦੀਆਂ ਤੀ ਇੱਕ ਨੌਕਰੀ ਤੋਂ ਡਰਦੇ ਹੋ ਨਾਲ ਗਏ ਉਹਨਾਂ ਨੇ ਉੱਥੇ ਖੜ ਕੇ ਕਿਹਾ ਵੀ ਸੱਡੋ ਪਾਣੀ ਉਹ ਜਦ ਪਾਣੀ ਸੱਡਣ ਲੱਗੋ ਕਹਿੰਦੇ ਜੀ ਰੁਕੋ ਉਹ ਫੇਰ ਦੋ ਦਿਨਾਂ ਟਨਾਂ ਦੇ ਟਨ ਮਤਲਬ ਸਿਮਿੰਟ ਪੈਂਦਾ ਤੀ ਉੱਥੇ ਫੇਰ ਉੱਥੇ ਉਹਨਾਂ ਨੇ ਕੈਰੋਂ ਸਾਹਿਬ ਨੇ ਆਪ ਖੜ ਕੇ ਪਾਣੀ ਸੱਡਿਆ ਫੇਰੇ ਸਾਡਾ ਡੈਮ ਬਣਿਆ ਫੇਰ ਸਾਡੇ ਘਰਾਂ ਦੇ ਵਿੱਚ ਲਾਟੂ ਕਹਿੰਦੇ ਹੁੰਦੇ ਸਾਡੇ ਬਾਪੂ ਅੱਗੇ ਫਿਰ ਉਹ ਬਿਜਲੀ ਦੇ ਜਿਹੜੇ ਲਾਟੂ ਪੰਜਾਬ 'ਚ ਜਗੇ ਅੱਜ ਵੀ ਹਿੰਦੁਸਤਾਨ ਦੇ ਬਹੁਤ ਅਜਿਹੇ ਪਿੰਡ ਨੇ ਜਿੱਥੇ ਲਾਈਟ ਨਹੀਂ ਹੈਗੀ ਵੀ ਜਦ ਅਸੀਂ ਐਡੇ ਐਡੇ ਕਾਰਜ ਕਰਕੇ ਆਪਦੇ ਦਮ ਤੇ ਅਸੀਂ ਡੈਮ ਬਣਾਏ ਨੇ ਪੰਜਾਬ ਦੀ ਦੇਣ ਆ ਕਿਉਂਕਿ ਜਦੋਂ ਹੜ੍ਹ ਆਉਂਦੇ ਨੇ ਉੱਥੋਂ ਪਾਣੀ ਜਦ ਛੱਡਿਆ ਜਾਂਦਾ ਉਹ ਤੋਂ ਸਭ ਤੋਂ ਵੱਧ ਪੰਜਾਬ ਨੂੰ ਮਾਰ ਪੈਂਦੀ ਹੈ ਸਾਡੇ ਪਿੰਡਾਂ ਦੇ ਪਿੰਡ ਉੱਜੜ ਜਾਂਦੇ ਨੇ 6-6 ਮਹੀਨੇ ਉਹਨਾਂ ਦੇ ਪੈਰ ਨਹੀਂ ਲੱਗਦੇ ਪਰ ਉਹਦੇ ਵਿੱਚ ਸਾਡਾ ਇੱਕ ਮੈਂਬਰ ਸੀ ਉਹ ਵੀ ਨਹੀਂ ਇਹਨਾਂ ਨੇ ਛੱਡਿਆ ਉਹ ਵੀ ਸਾਡੀ ਮੈਂਬਰਸ਼ਿਪ ਖਤਮ ਕਰਤੀ ਉਦੋਂ ਉੱਪਰ ਜਿਹੜੀ ਸਭ ਤੋਂ ਮਾੜੀ ਸਾਡੀਆਂ ਏਡੇ ਏਡੇ ਸਾਡੇ 5 5 ਵਾਰ ਸੀਐਮ ਰਹੇ ਨੇ 2 2 ਵਾਰ 3 3 ਮੂੰਹ ਟੁੱਟ ਜਵੇ ਇਹਨਾਂ ਦਾ ਜੇ ਇਹਨਾਂ ਨੇ ਸੈਂਟਰ ਨੂੰ ਕੋਈ ਧਮਕੀ ਦਿੱਤੀ ਹੋਵੇ ਵੀ ਸਾਡੀ ਆ ਮੈਂਬਰੀ ਕਿਉਂ ਖਤਮ ਕਰੀ ਐ ਅਸੀਂ ਧਰਨੇ ਦਵਾਂਗੇ ਅਸੀਂ ਇਹਦੇ ਜਹਾਦ ਸੇੜਾਂਗੇ ਪਰ ਹੁਣ ਤਾਂ ਕਹਿੰਦੇ ਅਸੀਂ ਗੱਲ ਕਰਾਂਗੇ ਪ੍ਰਧਾਨ ਮੰਤਰੀ ਨਾਲ ਅਮਿਤ ਸਹਾਨ ਨਾਲ ਗੱਲ ਕਰਾਂਗੇ ਕਹਿੰਦੇ ਬਹੁਤ ਗਲਤ ਕੀਤਾ ਹੁਣ ਇਹਨਾਂ ਦੇ ਉਹੀ ਡਰਾਮੇ ਕਿਉਂਕਿ ਅੰਬਾਲਾ ਟੱਪ ਕੇ ਸਾਰੇ ਇੱਕ ਨੇ ਜਿੰਨਾ ਇਹ 3-4000 ਪਰਿਵਾਰ ਆ ਜਿਹੜਾ ਹਿੰਦੁਸਤਾਨ ਦੇ ਵਿੱਚ ਗੋਰੇ ਅੰਗਰੇਜ਼ ਚਲੇ ਗਏ ਕਾਲੇ ਅੰਗਰੇਜ਼ ਆ ਕੇ ਇਹ ਸਾਰੇ ਇੱਕ ਨੇ ਇਹ ਹੁਣ ਡਰਾਮੇ ਕਰ ਦੇਣਗੇ ਵੀ ਅਸੀਂ ਧਰਨੇ ਕਰਾਂਗੇ ਮਜਾਰੇ ਕਿਸੇ ਨੇ ਕੁਝ ਨਹੀਂ ਕਰਨਾ ਕਿਉਂਕਿ ਪੰਜਾਬ ਨੂੰ ਹਰ ਟਾਈਮ ਹਰ ਟਾਈਮ ਸੰਗਿਆ ਜਾ ਰਿਹਾ ਪਰ ਸੁਖਦੇਵ ਸਿੰਘ ਢੀਂਡ ਸਾਜੀ ਤਾਂ ਕਹਿੰਦੇ ਕਹਿੰਦੇ ਕਿ ਅਸੀਂ ਅਹਿਮਦ ਸਾਹ ਨਾਲ ਜਾਂ ਨਰਿੰਦਰ ਮੋਦੀ ਨਾਲ ਇਸ ਸੰਬੰਧੀ ਗੱਲ ਕਰਾਂਗੇ ਉਹਨਾਂ ਨੇ ਇਹ ਵੀ ਹਵਾਲਾ ਦਿੱਤਾ ਹੈ ਕਿ ਅਧਿਕਾਰੀ ਉੱਚ ਅਧਿਕਾਰੀਆਂ ਨਾਲ ਗੱਲ ਹੋਈ ਹੈ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਕਰਪਟ ਅਧਿਕਾਰੀ ਨੇ ਕਰਪਟ ਅਫਸਰ ਨੇ ਜਿਹੜੇ ਪੰਜਾਬ ਵੱਲੋਂ ਉੱਥੇ ਲਗਾਏ ਗਏ ਸੀ ਜੇ ਦੇਖਿਆ ਜਾਵੇ 1565 ਅਸਾਮੀਆਂ ਨੇ ਜਿਹੜੀਆਂ ਪੰਜਾਬ ਦੀਆਂ ਉੱਥੇ ਜਿਹੜੀਆਂ ਭਰਤੀ ਕੀਤੀਆਂ ਜਾ ਸਕਦੀਆਂ ਨੇ ਉਹਨਾਂ ਨੂੰ ਉੱਥੇ ਨੌਕਰੀ ਦਿੱਤੀ ਜਾ ਸਕਦੀ ਹੈ ਇੱਕ ਪਾਸੇ ਤਾਂ ਇਹ ਰੋਜ਼ਗਾਰ ਦੇਣ ਦੀਆਂ ਗੱਲਾਂ ਕਰ ਰਹੇ ਨੇ 1565 ਅਸਾਮੀਆਂ ਉੱਥੇ ਭਰਤੀ ਕੀਤੀਆਂ ਜਾ ਸਕਦੀਆਂ ਨੇ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਸਕਦਾ ਹੈ ਪੰਜਾਬ ਦੇਆਂ ਨੂੰ ਉੱਥੇ ਤਾਂ ਜੀ ਕੁੱਲ ਇਹਨਾਂ ਨੇ 328 ਬੰਦੇ ਨੇ ਜਿਹੜੇ ਪੰਜਾਬ ਦੇ ਰੱਖੇ ਨੇ 1237 ਤਾਂ ਬਿਲਕੁਲ ਖਾਲੀ ਪਈਆਂ ਨੇ ਪੋਸਟਾਂ ਪਰ ਜਿਹੜਾ ਖਰਚਾ ਇਹੋ ਫਿਰਦੇ ਰਹੇ ਨੇ 2020 ਅਰ 21 ਦੇ ਦਰਮਿਆਨ ਇਹਨਾਂ ਨੇ 200 200 ਕਰੋੜ 276 ਕਰੋੜ ਰੁਪਇਆ ਉੱਥੇ ਦਿੱਤਾ ਇਹ ਆਪਣਾ ਜਿਹੜਾ ਹੱਕ ਬਣਦਾ ਪੰਜਾਬ ਦਾ ਉੱਥੇ ਫਿਰ ਵੀ ਭਰਦੇ ਨੇ ਇਹ ਪਰ ਪੰਜਾਬ ਸਰਕਾਰ ਦਾ ਇੱਧਰ ਧਿਆਨ ਕਿਉਂ ਨਹੀਂ ਇੱਧਰ ਇਹਨਾਂ ਦਾ ਮੇਰੀ 52 52 ਸਾਲ ਦੀ ਉਮਰ ਹੋ ਗਈ 35 36 ਸਾਲ ਤੋਂ ਢੀਂਡ ਸਿਆਂ ਦੀਆਂ ਬਾਦਲਾਂ ਦੀਆਂ ਕੈਪਟਨਾਂ ਦੇ ਇਹੀ ਗੱਲਾਂ ਸੁਣਦੇ ਆਉਨੇ ਆ ਹੂੰ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਿਆ ਵੀ ਜਿਹੜਾ ਦਿੱਲੀ ਆਪਣਾ ਕਟੜਾੜਾ ਰੋਡ ਬਣ ਰਿਹਾ ਹੈ 6 ਲਾਈਨ ਬਣ ਰਿਹਾ ਹੈ ਉਹ ਉੱਥੋਂ ਸਿੱਧਾ ਸੁਲਤਾਨਪੁਰ ਲੋਧੀ ਤਰਨਤਾਰਨ ਕੰਡੂਰ ਸਾਹਿਬ ਗੋਇੰਦਵਾਲ ਹੋ ਕੇ ਅੰਮ੍ਰਿਤਸਰ ਹੋ ਕੇ ਕਟੜੇ ਜਾਣਾ ਸੀ ਪਰ ਇਹਨਾਂ ਦੀਆਂ ਜਾਇਦਾਦਾਂ ਕਾਦੀਆਂ ਕੋਲ ਆਉਂਦੀਆਂ ਸੀ ਕਿਸੇ ਤਖੜੇ ਇਹਨਾਂ ਦੀਆਂ ਜੀ ਇਹਨਾਂ ਨੇ ਨਕੋਦਰ ਤੋਂ ਸਿੱਧਾ ਕਾਦੀਆਂ ਹੋ ਕੇ ਕਟੜੇ ਨੂੰ ਕੱਢਤਾ ਜੀ ਨਾ ਢੀਂਡਸਾ ਸਾਹਿਬ ਬੋਲੇ ਨਾ ਬਾਦਲ ਕੇ ਬੋਲੇ ਕੋਈ ਬੰਦਾ ਨਹੀਂ ਬੋਲਿਆ ਵੀ ਸਾਡੀ ਅੱਡੀ ਬੜੀ ਜੜੀ ਹੱਬ ਐ ਸਾਡੀ ਹਿੰਦੁਸਤਾਨ ਦੀ ਬਣਨਾ ਇਹਨੇ ਅੰਬਰਸਰ ਨੇ ਵੀ ਅੱਡੀ ਸਾਡੀ ਆਰਥਿਕ ਹੱਬ ਐ ਵੀ ਇਹਨੂੰ ਸਾਡਾ ਏਡਾ ਮੱਕਾ ਮਦੀਨਾ ਸਾਡਾ ਏਡਾ ਉਹ ਐ ਵੀ ਇਹਨੂੰ ਉਹਦੇ ਵਿੱਚ ਇਹਨਾਂ ਨੇ ਕਿਸੇ ਨੇ ਨਹੀਂ ਸਾਡੇ ਸਤਕਾਰਯੋਗ ਨਿਧਾੜ ਕੇ ਜਰਨੈਲ ਸਾਫ ਕਾ ਜਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੇ ਇਹ ਮੁੱਦਾ ਚੱਕਿਆ ਵੀ ਅੰਬਰਸਰ ਸਾਹਿਬ ਨੂੰ ਕਿਉਂ ਦਰਬਾਰ ਸਾਹਿਬ ਅੰਬਰਸਰ ਨੂੰ ਕਿਉਂ ਕਟਿਆਏ ਰੋੜ ਤੋਂ ਉਹਨਾਂ ਨੇ ਗਾ ਪਾਇਆ ਕਿਸੇ ਨੇ ਨਾ ਸੁਣੀ ਫਿਰ ਇੱਕ ਉਹਨਾਂ ਦੇ ਨਾਲ ਐਮਪੀ ਲੱਗਿਆ ਔਜਲਾ ਅੰਬਰਸਰ ਤੋਂ ਇਹਨਾਂ ਲੱਗੇ ਕੋਈ ਸਿਆਸੀ ਪਾਰਟੀ ਨੇ ਦਾਖਲ ਨਹੀਂ ਦਿੱਤਾ ਵੀ ਇਹ ਬਹੋਣਾ ਚਾਹੀਦਾ ਪਰ ਇਹਨਾਂ ਦੋਹਾਂ ਮਾਂ ਦੇ ਪੁੱਤਾਂ ਨੇ ਸਾਡੇ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਤੇ ਔਜਲਾ ਸਾਹਿਬ ਨੇ ਰਾਜ ਸਮਾਜਿਕ ਆਰਥਿਕ ਜਿੰਨੇ ਹੋਰ ਸੁਭਾਵਾਂ ਨੇ ਸਾਰਿਆਂ ਨੂੰ ਇਕੱਠੇ ਕਰਕੇ 월ਡ ਲੈਵਲ ਤੇ ਮੁੱਦਾ ਬਣਾਤਾ ਤਾਂ ਕਿਤੇ ਜਾ ਕੇ ਉਹ ਦਰਬਾਰ ਸਾਹਿਬ ਜਿਹੜਾ ਦੁਬਾਰਾ ਸਾਡੇ ਵਾਲੇ ਉਹ ਰੋੜ ਤੇ ਪਿਆ ਜਿਸ ਦਿਨ ਉਹ 11 ਵਜੇ ਨੌ ਸੋਨਾ ਤੀ ਵੀ ਅੱਜ ਉਹ ਨੌ ਸੋਨਾ ਵੀ ਜਿਹੜਾ ਸਿਕਸ ਲਾਈਨ ਦੁਆਰਾ ਫੇਰ ਦਰਵਾ ਅੰਮ੍ਰਿਤਸਰ ਦੇ ਵਿੱਚ ਦੀ ਹੰਬੂ ਤਾਂ ਬੀਬਾ ਜਿਹੜੀ ਆਪਣੀ ਬਾਦਲ ਹਰ ਸਿਮਰਤ ਇਹ ਭੱਜੀ ਭੱਜੀ ਗਈ 11 ਵਜੇ ਨੌ ਸੋਨਾ ਤੇ 11:05 ਤੇ ਪਰ ਅਸਕਾਨ ਬ੍ਰਾਂਸ ਕਰਕੇ ਕਹਿੰਦੀ ਸਾਡਾ ਬਹੁਤ ਜ਼ੋਰ ਲੱਗ ਗਿਆ ਅਸੀਂ ਦੁਬਾਰਾ ਤਾਂ ਇਹ ਪਾਇਆ ਉਹ ਪੱਤਰਕਾਰ ਕਹਿੰਦਾ ਬੀਬਾ ਨਾ ਤੇਰਾ ਨਾ ਤੇਰੇ ਬਾਪ ਦਾ ਨਾ ਤੁਹਾਡੇ ਕਿਸੇ ਪਾਰਟੀ ਦਾ ਅਜੇ ਤਾਂ ਕੋਈ ਬਿਆਨ ਨਹੀਂ ਸੁਣਿਆ ਵੀ ਇਹ ਤਾਂ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਸਾਹਿਬ ਕਾ ਜਥੇਦਾਰ ਕਾਲ ਤਖਤ ਉਹ ਲੱਗੇ ਰਹੇ ਜਾਂ ਹੋਜਲਾ ਲੱਗਿਆ ਰਿਹਾ ਇਹ ਲੋਕ ਨੇ ਜਿਨ੍ਹਾਂ ਤੁਸੀਂ ਢੀਂਡ ਸੇ ਬਾਦਲ ਕੇ ਇਹ ਸਭ ਇੱਕ ਨੇ ਇਹਨਾਂ ਨੇ ਅੱਜ ਤੱਕ ਪੰਜਾਬ ਦੇ ਹੱਕ ਦੀ ਕੋਈ ਗੱਲ ਨਹੀਂ ਕੀਤੀ ਸਿਰਫ ਪੰਜਾਬ ਨੂੰ ਬਰਬਾਦ ਕਰਨ ਦੀਆਂ ਗੱਲਾਂ ਮਤਲਬ ਕਰੀਆਂ ਨੇ ਪਰ ਘਾਟ ਤਾਂ ਫਿਰ ਸਾਡੇ ਲੋਕਾਂ ਚ ਵੀ ਆ ਕਿਸਾਨੀ ਅੰਦੋਲਨ ਚੱਲਿਆ ਲੱਗਿਆ ਕਿ ਪੰਜਾਬ ਦੇ ਲੋਕ ਨੇ ਜਿਹੜੇ ਜਾਗ ਗਏ ਪੰਜਾਬ ਦੇ ਲੋਕਾਂ ਨੂੰ ਸੁਰਤ ਆ ਗਈ ਤੇ ਉੱਥੋਂ ਅੰਦੋਲਨ ਖਤਮ ਹੋਇਆ ਵਿਧਾਨ ਸਭਾ ਦੀ ਚੋਣਾਂ ਲੰਘ ਕੇ ਗਈਆਂ ਨੇ ਇਹ ਤਾਂ ਫੇਰ ਇਹੀ ਲੀਡਰਾਂ ਦਾ ਚੱਲੇ ਜਿਹਾ ਦੇਖੋ ਜੀ ਗੱਲ ਫੇਰ ਅਸੀਂ ਉੱਥੇ ਆ ਗਈ ਨਾ ਵੀ ਸਾਨੂੰ ਸਾਡੀ ਮਾੜੀ ਲੀਡਰਸ਼ਿਪੇ ਫੇਰ ਮਾਰਦੀ ਆ ਜਦੋਂ ਸਾਡਾ ਉਹ ਸੰਘਰਸ਼ ਸ਼ੁਰੂ ਹੋਇਆ ਅਸੀਂ ਦਿਨ ਰਾਤ ਚਾਹੇ ਅਸੀਂ ਟਰਾਂਸਪੋਰਟ ਦਾ ਕੰਮ ਕਰਦੇ ਖੇਤੀਬਾੜੀ ਦਾ ਕੰਮ ਕਰਦੇ ਕੋਈ ਵੀ ਬੱਚੇ ਬੱਚੇ ਨੇ ਦਿੱਲੀ ਦੀਆਂ ਬਰੂਹਾਂ ਤੇ ਬੈਠ ਕੇ ਦਿੱਲੀ ਸਰਕਾਰ ਨੂੰ ਮਜਬੂਰ ਕਰਤਾ ਵੀ ਉਹ ਜਿਹੜੇ ਬਿੱਲ ਨੇ ਉਹਨਾਂ ਨੂੰ ਵਾਪਸ ਲਾਓ ਉਹਨਾਂ ਨੂੰ ਬਿੱਲਾਂ ਨੂੰ ਅਸੀਂ ਵਾਪਸ ਕਰਾ ਕੇ ਪੰਜਾਬ ਨੂੰ ਆਏ ਬਹੁਤ ਵੱਡਾ ਸਵਾਗਤ ਹੋਇਆ ਬਹੁਤ ਵੱਡੇ ਜਿੱਤ ਦੇ ਜਿਹੜੇ ਨਿਸ਼ਾਨ ਅਸੀਂ ਗੱਡਦੇ ਆਏ ਪਰ ਫੇਰ ਉਹ ਡੋਗਰੇ ਨੇ ਪੈਦਾ ਹੋਏ ਪੰਜਾਬ ਦੇ ਵਿੱਚ ਸਾਡਾ ਜਿਹੜਾ ਪ੍ਰੈਸਰ ਗਰੁੱਪਤੀ ਕਿਸਾਨਾਂ ਦਾ ਸਾਡਿਆਂ ਦਾ ਜਿਹੜਾ ਮਤਲਬ ਹਰ ਇੱਕ ਸਰਕਾਰ ਡਰਦੀ ਸੀ ਸਾਡੀ ਭੈਣ ਮਮਤਾ ਬੈਨਰਜੀ ਦੀ ਸਰਕਾਰ ਬਣੀ ਉੱਥੇ ਸਾਡੇ ਆਨੇ ਜਾ ਕੇ ਪ੍ਰਚਾਰ ਕੀਤਾ ਉਹਨਾਂ ਨੇ ਵੀ ਦੇਖਿਆ ਵੀ ਇਹ ਪੰਜਾਬੀ ਯੋਧੇ ਨੇ ਉਹ ਸਾਡੇ ਆਖੇ ਲੱਗੇ ਉੱਥੇ ਸਰਕਾਰ ਬਣੀ ਪਰ ਇਹ ਫੇਰ ਉਹ ਡੋਗਰਿਆਂ ਦੀਆਂ ਚਾਲਾਂ ਦੇ ਵਿੱਚ ਜਾ ਕੇ ਆਪ ਵੀ ਵੋਟਾਂ 'ਚ ਖੜ ਗਏ ਉਹ ਜਿਹੜਾ ਮਾੜਾ ਮੋਟਾ ਪ੍ਰੈਸਰ ਸੀ ਉਹ ਵੀ ਖਤਮ ਕਰਤਾ ਅੱਜ ਪੰਜਾਬ ਆ ਜਿਹੜਾ ਜੇ ਲਵਾਰਸ ਹੋਇਆ ਪਿਆ ਧਾਰਮਿਕ ਪੱਖੋਂ ਆਰਥਿਕ ਪੱਖੋਂ ਤੇ ਰਾਜਨੀਤਿਕ ਪੱਖੋਂ ਉਹ ਖਜ਼ਾਨਾ ਮੰਤਰੀ ਉਹਦਾ ਨਾਮ ਖਾਲੀ ਮੰਤਰੀ ਰੱਖਤਾ ਵੀ ਜਾਣੇ ਅੱਜ ਜਿਹੜੀ ਸਾਡੀ ਬੁੱਧੀਜੀ ਪੀੜ੍ਹੀ ਐ ਜਿਹੜੇ ਸਾਡੇ ਪੜੇ ਲਿਖੇ ਬੱਚੇ ਨੇ ਨੌਜਵਾਨ ਬੱਚੇ ਨੇ ਉਹ ਸਭ ਵਿਦੇਸ਼ ਨੂੰ ਜਾ ਰਹੇ ਨੇ ਉੱਥੇ ਜਾ ਕੇ ਕੋਈ ਵਿਚਾਰਾ ਦਿਹਾੜੀਆਂ ਕਰਦਾ ਕੋਈ ਕੁਸ ਕਰਦਾ ਉਹ ਹੁਣ ਉੱਥੋਂ ਸਾਡੀਆਂ ਭੈਣਾਂ ਬੱਚੇ ਵੀਡੀਓ ਪਾ ਰਹੇ ਨੇ ਇਹ ਤਾਂ ਕਹਿ ਰਹੇ ਨੇ ਅਸੀਂ ਹੈਲਪਲਾਈਨਾਂ ਬਣਾਤੀਆਂ ਸੈਂਟਰ ਸਰਕਾਰ ਕਹਿੰਦੀ ਐ ਪਰ ਉਹ ਪਿੱਟ ਪਿੱਟ ਕੇ ਕਹਿੰਦੇ ਨੇ ਵੀ ਅਸੀਂ ਭੁੱਖੇ ਤੇ ਆਏ ਮਰਦੇ ਆ ਵੀ ਸਾਡਾ ਇੱਥੇ ਕੋਈ ਪ੍ਰਬੰਧ ਨਹੀਂ ਜੇ ਇਹ ਇੱਥੇ ਨੇ ਪ੍ਰਬੰਧ ਕਰਨ ਜਦੋਂ ਕਿ ਅੱਜ ਤੋਂ 2 ਸਾਲ ਸਾਲ ਪਹਿਲਾਂ ਇੱਥੇ ਸਾਡੇ ਏਡੇ ਵਿਦਿਆਕ ਪ੍ਰਣਾਲੀ ਏਡੇ ਪ੍ਰਬੰਧਤ ਹੀ ਮਹਾਰਾਜਾ ਰਣਜੀਤ ਸਿੰਘ ਵੇਲੇ ਤਾਂ ਅੱਜ ਇੱਥੇ ਕੀ ਨਹੀਂ ਹੋ ਸਕਦਾ ਪੰਜਾਬ ਦੇ ਵਿੱਚ ਇਹ ਸਾਰੀ ਸਾਡੀ ਮਾੜੀ ਲੀਡਰਸ਼ਿਪ ਦੀਆਂ ਮਿਹਰਬਾਨੀਆਂ ਨੇ ਜਿਹੜਾ ਸਾਡਾ ਹਵਾ ਖਤਮ ਹੋ ਗਈ ਸਾਡੀ ਪਾਣੀ ਸਾਡਾ ਜ਼ਹਿਰੀਲਾ ਹੋ ਗਿਆ ਧਰਤੀ ਸਾਡੀ ਜ਼ਹਿਰੀਲੀ ਹੋ ਗਈ ਟਵਾਣਾ ਸਾਹਿਬ ਮੈਂ ਤੁਹਾਨੂੰ ਇੱਕ ਬਹੁਤ ਮਾੜੀ ਮਤਲਬ ਦੱਸਣੀ ਚਾਹੁੰਨਾ ਗੱਲ ਬੀਬੀ ਸਾਡੇ ਡਾਕਟਰ ਹਰਸਿੰਦਰ ਕੌਰ ਪਟਿਆਲੇ ਤੋਂ ਜੀ ਉਹਨੇ ਅੰਕੜਿਆਂ ਨਾਲ ਦੱਸਿਆ ਤਿੰਨ ਦਿਨ ਉਹ ਪੇਜ ਆਉਂਦੇ ਰਹੇ ਭਰ-ਭਰ ਕੇ ਵੀ ਜਿਹੜੀਆਂ ਸਾਡੀਆਂ ਇੱਥੇ ਬੇਟੀਆਂ ਧੀਆਂ ਪੜਨਾ ਜਾਂਦੀਆਂ ਨੇ ਜਿਹੜੇ ਦਾ ਬੱਚੇ ਸੈਟਲ ਹੋ ਗਏ ਉੱਥੇ ਦੀ ਬੈਲ ਬੈਲ ਗੁੱਡ ਪਰ ਬਹੁਤ ਵਿਚਾਰੀਆਂ ਧੀਆਂ ਆ ਜਈਆਂ ਨੇ ਮੈਂ ਕਹਿਣਾ ਨਹੀਂ ਚਾਹੁੰਦਾ ਮੈਂ ਧੀਆ ਦਾ ਬਾਪ ਐ ਵੀ ਉਹ ਐ ਚੌਂਕਾਂ ਦੇ ਵਿੱਚ ਵਿਚਾਰੀਆਂ ਖੜੀਆਂ ਹੁੰਦੀਆਂ ਨੇ ਦੋ ਦੋ ਚਾਰ ਚਾਰ ਵਾਰ ਕਈ ਬੱਚਿਆਂ ਦੇ 1 ਸਾਲ ਚ ਬੋਰ ਸੁਣ ਹੁੰਦੇ ਨੇ ਐਨੀ ਸਾਡੇ ਬੱਚਿਆਂ ਦੀ ਦੁਰਗਤੀ ਹੋਈ ਪਈ ਐ ਹੁਣ ਲੈ ਲੈ ਸਾਡੀ ਪੰਜਾਬ ਦੇ ਵਿੱਚ ਜਿਹੜੇ ਇਹਨਾਂ ਨੇ ਅਕਾਲੀ ਦਲ ਜਿਹੜਾ ਕਿ ਆਪਦੇ ਆਪ ਨੂੰ ਕਹਿੰਦਾ ਵੀ ਅਸੀਂ ਇਹਦੀੋਂ ਚੋਂ ਪੈਦਾ ਹੋਇਆ ਵੀ ਪੰਜਾਬ ਦੀ ਮਤਲਬ ਅਸੀਂ ਰੱਖਿਆ ਇਹਨਾਂ ਦੇ ਰਾਜ ਦੇ ਵਿੱਚ ਆ ਜਿਹੜਾ ਨਸਾ ਆ ਚਿੱਟੇ ਦਾ ਇਹ ਨਸਾਇਜੇਹਾ ਆ ਗਿਆ ਜਿਹੜੀ ਸਾਡੇ ਬੱਚਿਆਂ ਦੀ ਬੱਚੇ ਪੈਦਾ ਕਰਨ ਦੀ ਸ਼ਕਤੀ ਉਹ ਬਿਲਕੁਲ ਖਤਮ ਹੋ ਗਈ ਹਮ ਇੱਕ ਨਾ ਆਪਣੇ ਗਵਰਨਰ ਹੁੰਦਾ ਸੀ ਛੱਬਰ ਹਮ ਸ਼ਾਇਦ 1985 ਸੇ 80 ਦੀ ਗੱਲ ਹੈ ਹਮ ਜਾਂ 90 ਦੀ ਹੋਵੇ ਹਮ ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਵੀ ਪੰਜਾਬ ਦੀਆਂ ਜਿਹੜੀਆਂ ਬੱਚੀਆਂ ਨੇ ਉਹ ਜੂਪੀ ਦੇ ਬਿਹਾਰ ਦੇ ਪੱਛਮੀ ਬੰਗਾਲ ਦੇ ਬੱਚੇ ਪੈਦਾ ਕਰਨਗੇ ਹਮ ਉਹ ਸਾਡੇ ਲੋਕਾਂ ਨੇ ਇਹ ਸੋਚਿਆ ਅਸੀਂ ਵੀ ਮੈਂ ਵੀ ਚਲੋ ਚਾਹੇ 17 18 ਸਾਲ ਦਾ ਤੀ ਵੀ ਸਾਡੀਆਂ ਬੱਚੀਆਂ ਉਹਨਾਂ ਦੇ ਬੱਚੇ ਕਿਵੇਂ ਪੈਦਾ ਕਰਨਗੇ ਸਾਡੇ ਲੋਕਾਂ ਨੇ ਸੋਚਿਆ ਵੀ ਸਾਡੇ ਲੋਕ ਬਾਹਰ ਵਗ ਜਾਣਗੇ ਵੀ ਭਈਏ ਪਤਾ ਨਹੀਂ ਕੋਈ ਇਸ ਤਰ੍ਹਾਂ ਦੀ ਮਾੜੀ ਘਟਨਾ ਹੋ ਪਰ ਨਹੀਂ ਉਹ ਛੱਬਰ ਸਾਹਿਬ ਨੇ ਹਾਲਾਤ ਦੇਖ ਲੇਤੀ ਪੰਜਾਬ ਦੇ ਵੀ ਜਿਸ ਤਰ੍ਹਾਂ ਇੱਥੇ ਦੀ ਨਕੰਮੀ ਲੀਡਰਸ਼ਿਪ ਹੈ ਵੋਟਾਂ ਦੇ ਠੂਠੇ ਫੜਾ ਕੇ ਕਦੇ ਆਟੇ ਦਾਲ ਦਾ ਕਦੇ ਕੋਈ ਲਾਲਚ ਦੇ ਕੇ ਇਸ ਮਾਰਸਲ ਕੌਮ ਨੂੰ ਭਖਾਰੀ ਬਣਾ ਰਹੀ ਹੈ ਉਸੇ ਤਰ੍ਹਾਂ ਇਹਨਾਂ ਨੇ ਸਾਡੇ ਬੱਚੇ ਬੱਚਿਆਂ ਨੂੰ ਨਸੇ ਤੇ ਲਾਤਾ ਜਿਹੜੀ ਬੱਚੇ ਪੈਦਾ ਕਰਨ ਦੀ ਸ਼ਕਤੀ ਹੈ ਸਾਡੇ ਨੌਜਵਾਨਾਂ ਦੀ ਉਹ ਬਿਲਕੁਲ ਖਤਮ ਹੋ ਗਈ ਹੈ ਇਹ ਜਿਹੜੇ ਜਿੱਦਾਂ ਖੇਤੀ ਕਾਨੂੰਨ ਆਏ ਜੇ ਗੱਲ ਕਰੀਏ ਖੇਤੀ ਕਾਨੂੰਨ ਆਏ ਉਸ ਤੋਂ ਬਾਅਦ ਇਹ ਪਾਖੜਾ ਮੈਨੇਜਮੈਂਟ ਬੋਰਡ ਦਾ ਮੁੱਦਾ ਆ ਹੋਰ ਇਦਾਂ ਦੇ ਜਿਹੜੇ ਹਾਲਾਤ ਕਈ ਵਾਰ ਉੱਠਦੇ ਰਹਿੰਦੇ ਨੇ ਇਹ ਸਰਕਾਰਾਂ ਚੈੱਕ ਕਰਦੀਆਂ ਨੇ ਸਾਨੂੰ ਸੇੜ ਕੇ ਦੇਖਦੀਆਂ ਨੇ ਬਈ ਇਹਨਾਂ ਚ ਮੈਂ ਇੱਕ ਗਰੰਟ ਹੈ ਮਾਫੀ ਚਾਹਉਨਾ ਮੇਰੀ ਆਹ ਜ਼ਰੂਰੀ ਪੁਆਇੰਟ ਹੈ ਸੁਣਿਓ ਜੀ ਜੀ ਸਭ ਤੋਂ ਵੱਧ ਜਿਹੜੇ ਬੱਚੇ ਪੈਦਾ ਕਰਨ ਦੇ ਬੇਬੀ ਸੈਂਟਰ ਨੇ ਉਹ ਪੰਜਾਬ ਚ ਨੇ ਉਹ ਫਿਰ ਜਿਹੜੀ ਛੱਬਰ ਨੇ ਉਦੋਂ ਗੱਲ ਕਹੀ ਤੀ ਉਹ ਫਿਰ ਹੁਣ ਸਾਡੇ ਬੱਚੇ ਖਤਮ ਹੋ ਗਈ ਨੌਜਵਾਨਾਂ ਦੀ ਬੱਚੇ ਪੈਦਾ ਕਰਨ ਦੀ ਸ਼ਕਤੀ ਉਹ ਜਿਹੜਾ ਉਹਨਾਂ ਦੇ ਉਹ ਲਿਆਉਂਦੇ ਨੇ ਇਸ ਕਰਾ ਨੂੰ ਉਹ ਲਿਆ ਕੇ ਸਾਡੀਆਂ ਬੱਚੀਆਂ ਦੇ ਰੱਖੇ ਜਾਂਦੇ ਨੇ ਫਿਰ ਉਹ ਜੂਪੀ ਬਿਹਾਰ ਦੇ ਪੱਛਮੀ ਬੰਗਾਲ ਦੇ ਜਿਹੜੇ ਨੇ ਉਹਨਾਂ ਦੇ ਉਹ ਤੋਂ ਮਤਲਬ ਕਣਾਂ ਤੋਂ ਸਾਡੇ ਜਿਹੜੇ ਬੱਚੇ ਪੈਦਾ ਹੋ ਰਹੇ ਨੇ ਉਹ ਜਿਹੜੀ ਹੁਣ ਸਾਡੀ ਸੋਚ ਆ ਉਹ ਆਉਣ ਵਾਲੀ ਸਾਡੀ ਪੀੜ੍ਹੀ ਕਿਜ ਇੱਕ ਹੈ ਉਹ ਜਈ ਹੋਵੇਗੀ ਜਿਹੜੀ ਤੁਸੀਂ ਆਹ ਕਹਿੰਦੇ ਹੋ ਵੀ ਇਹ ਚੈੱਕ ਕਰਦੇ ਨੇ ਇਹ ਚੈੱਕ ਨਹੀਂ ਕਰਦੇ ਆਂਗੇ ਇਹ ਤਾਂ ਆਪਦੇ ਬੱਚਿਆਂ ਨੂੰ ਆਪ ਦਾ ਮਤਲਬ ਤਰੱਕੀ ਆਪਦੇ ਪੈਸੇ ਲੁੱਟਣ ਕੋਹਣ ਬਾਅਦ ਤੇ ਇਹ ਲਾ ਕੇ ਦੇਖਦੇ ਨੇ ਵੀ ਕਿੱਥੋਂ ਕੋ ਮਤਲਬ ਜ਼ਿਆਦਾ ਸਿੱਟਦਾ ਉਹ ਮੁੱਦੇ ਨੂੰ ਛੱਡ ਦਿੰਦੇ ਨੇ ਜਿੱਥੇ ਨਾ ਨਹੀਂ ਲੱਗਦਾ ਉੱਥੇ ਮਤਲਬ ਇਹ ਸੇੜਖਾਨੀ ਹੁਣ ਟ੍ਰਿਬਿਊ ਆ ਇੱਕ ਕਮਿਸ਼ਨ ਬਣਿਆ ਆ ਆਪਣਾ ਕੀ ਆ ਜਿਹੜਾ ਧੂਏ ਦੇ ਵਿਰੁੱਧ ਬਣਿਆ ਵਾ ਆਪਣਾ ਬੋਰਡ ਬਣਿਆ ਬੋਰਡ ਜਿਹੜਾ ਬਣਿਆ ਵਾ ਉਹਤੇ ਅਰਪਾ ਖਰਪਾ ਰੁਪਏ ਮਤਲਬ ਕੇਂਦਰ ਸਰਕਾਰ ਖਰਚ ਰਹੀ ਹੈ ਪਰ ਤੁਸੀਂ ਕਦੇ ਦੇਖਿਆ ਪੰਜਾਬ ਦੇ ਕਿਸਾਨਾਂ ਨੂੰ ਕੋਈ ਦਿੱਤਾ ਹੋਵੇ ਵੀ ਆ ਲਓ ਭਾਈ ਤੁਸੀਂ ਪਰਾਲੀ ਨੂੰ ਅੱਗ ਨਾ ਲਾਓ ਤੁਸੀਂ ਇਹਨੂੰ ਗਾਲੋ ਅੱਗੇ ਅ ਮਤਲਬ 75 76 ਦੀ ਗੱਲ ਕਰਦਾ ਸਾਡੇ ਉੱਤੇ ਨਰਮਿਕ ਪਾਚ ਨਾ ਜੂਰੀਆ ਪਾਉਣ ਲੱਗੇ ਸਾਡੇ ਬਾਪੂ ਜੀ ਕਹਿੰਦਾ ਬਾਹਰ ਹੋ ਜਾਓ ਖੰਡਾਂ ਦੇ ਬਾਹਰ ਵੀ ਜ਼ਹਿਰ ਪਾਉਣ ਲੱਗੇ ਮਤਲਬ ਜੂਰੀਏ ਰਹਿਣ ਨੂੰ ਵੀ ਇੰਨਾ ਮਾੜਾ ਸਮਝਦੇ ਸੀ ਸਾਡੀਆਂ ਦੇਸੀ ਖਾਦਾਂ ਸੀ ਸਾਡੀ ਜਰਖੇਜ ਜ਼ਮੀਨ ਸੀ ਜਿੱਥੇ ਸਾਡੀਆਂ ਕੁੱਖਾ ਬੰਜਰ ਹੋ ਗਈਆਂ ਉੱਤੇ ਸਾਡੀ ਜ਼ਮੀਨ ਵੀ ਹੈ ਜਿਹੜੀ ਇਹਨਾਂ ਨੇ ਬੜੀਆਂ-ਬੜੀਆਂ ਕੰਪਨੀਆਂ ਨਾਲ ਫੈਸਲੇ ਕਰ ਲਏ ਉਹ ਸਾਨੂੰ ਜਿਹੜੇ ਉਹ ਜ਼ਹਿਰੀਲੇ ਮਤਲਬ ਬੀਜ ਅੱਗੇ ਕਣਕ ਅਸੀਂ ਆਪਦੀ ਸੀ ਨਾ ਥੱਲੇ ਭਰ ਕੇ ਤੂੜੀ ਛੜ ਦਿੰਦੇ ਤੇ ਉਹੀ ਬੀਜ ਦੇਤੀ ਇਹਨਾਂ ਨੇ ਸਾਨੂੰ ਕਹਤਾ ਵੀ ਤੁਹਾਨੂੰ ਨਵੇਂ ਬੀਜ ਦਵਾਂਗੇ ਉਹਦੇ ਨਾਲ ਉਹ ਬੀਜ ਉਹਦੇ ਨਾਲੇ ਜ਼ਹਿਰੀਲੀਆਂ ਦਵਾਈਆਂ ਪਾ ਪਾ ਕੇ ਸਾਡੀ ਜਿਹੜੀ ਜਰਖੇ ਜਮੀਨਤੀ ਉਹ ਖਤਮ ਕਰਤੀ ਥੱਲੇ ਜਿਹੜਾ ਪਾਣੀ ਹੈ ਸਾਡਾ ਉਹ ਖਤਮ ਕਰਤਾ ਜਿਸ ਤਰ੍ਹਾਂ ਹੁਣ ਦੁਕਾਨਾਂ ਤੇ ਪਾਣੀ ਮੁੱਲ ਵਿਕਦਾ ਦੇਖੋ ਪਾਣੀ ਪੰਜਾਬ ਚ ਤਾਂ ਨਹੀਂ ਮੁੱਲ ਵਿਕਣਾ ਪੀਣ ਨੂੰ ਵੀ ਮੁੱਲ ਲੰਨੇ ਆ ਮੈਨੂੰ ਤਾਂ ਇਹ ਲੱਗਦਾ ਵੀ ਜੇ ਅਜਿਹੇ ਹੀ ਹਾਲਾਤ ਰਹੇ ਪੰਜਾਬ ਦੇ ਵੀ ਅਸੀਂ ਆਕਸੀਜਨ ਵੀ ਐਮ ਨਾਲ ਢੋਲੀਆਂ ਬਨ ਕੇ ਲਾ ਕੇ ਫਿਰਿਆ ਕਰਾਂਗੇ ਆਉਣ ਵਾਲੇ ਸਮੇਂ ਚ ਪੰਜਾਬ ਦੇ ਹਾਲਾਤ ਹੋਣਗੇ ਜੇ ਅਸੀਂ ਲੋਕ ਨਾ ਸੁਧਰੇ ਆਪਾਂ ਉਥੇ ਆਉਨੇ ਆ ਭਾਖੜਾ ਮੈਨੇਜਮੈਂਟ ਬੋਰਡ ਤੇ ਹਾਂਜੀ ਹਾਂਜੀ ਇਹਦੇ ਨਾਲ ਕਿੰਨਾ ਕੁ ਨੁਕਸਾਨ ਆ ਜਿਹੜਾ ਪੰਜਾਬ ਨੂੰ ਹੋਣਾ ਏ ਆਰਥਿਕ ਪੱਖੋਂ ਪੰਜਾਬ ਨੂੰ ਕੀ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਨੇ ਇਹ ਦੇਖੋ ਜੀ ਜਿਹੜਾ ਮਤਲਬ ਹਰ ਉਹ ਗੱਲ ਤਾਂ ਫੇਰ ਉੱਥੇ ਆ ਜਾਂਦੀ ਹੈ ਜਦ ਹੁਣ ਉੱਥੋਂ ਸਾਡਾ ਮੈਂਬਰ ਸਾਡੀ ਖਤਮ ਹੋ ਗਈ ਪਹਿਲਾਂ ਤਾਂ ਉਹ ਇੱਕ ਸਾਡਾ ਐਡਾ ਤਾਕੜਾ ਰਤਬਾ ਹੈ ਉਹਦੇ ਵਿੱਚ ਬੋਰਡ ਦੇ ਵਿੱਚ ਕਿਉਂਕਿ ਜਿਹੜਾ ਭਾਖੜਾ ਮੈਨੇਜਮੈਂਟ ਬੋਰਡ ਹੈ ਇਕੱਲਾ ਪੰਜਾਬ ਦੀ ਇਹ ਬਾਲਡ ਦੇ ਜਿਹੜੇ ਮਤਲਬ ਟਾਈਮ ਨੇ ਉਹਨਾਂ ਦੇ ਵਿੱਚ ਇਹਦਾ ਨਾਮ ਆਉਂਦਾ ਉਹ ਹੁਣ ਜਦ ਉੱਥੇ ਸਾਡਾ ਕੋਈ ਗੱਲ ਕਰਨ ਵਾਲਾ ਨਹੀਂ ਜਿੰਨੇ ਉੱਥੇ ਮੁੰਡੇ 1000 ਰੱਖਣਾ 1500 ਰੱਖਣਾ ਜਾਂ ਸਾਡੀ ਉੱਥੇ ਵਕਾਲਤ ਕਰਨ ਵਾਲਾ ਨਹੀਂ ਕੋ ਹ ਅੱਗੇ ਹੁੰਦਾ ਤੇ ਨਾ ਡੀਸੀ ਕੌਣਾ ਜੀ ਬਖਤਾਵਰ ਸਿੰਘ ਬਰਾੜ ਫਲਾਣਾ ਕੌਣਾ ਫਤੇਸਿਓਂ ਜੀ ਐਸਡੀਐਮ ਕੌਣਾ ਕਰਮ ਸਿਓਂ ਜੀ ਮਤਲਬ ਜਿਹੜੇ ਉੱਚੇ ਰੁਤਬਿਆਂ ਦੇ ਸੀ ਉਹ ਸਾਡੇ ਪੰਜਾਬੀ ਹੁੰਦੇ ਸੀ ਮੈਂ ਕੋਈ ਮਾੜਾ ਨਹੀਂ ਕਹਿੰਦਾ ਜਿਹੜੇ ਮਤਲਬ ਫੋਰ ਕਲਾਸ ਹੁੰਦੇ ਸੀ ਉਹ ਸਾਡੇ ਨੇਪਾਲੀ ਵੀਰ ਜਾਂ ਜੁਪੀਆਰ ਬਿਹਾਰ ਤੋਂ ਆ ਕੇ ਮਤਲਬ ਸਾਡੇ ਫੋਰ ਕਲਾਸ ਹੁੰਦੇ ਸੀ ਸਾਡੇ ਜਿਹੜੇ ਰੁਤਬੇ ਹੁੰਦੇ ਸਾਡੇ ਡੀਸੀ ਐਸਐਸਪੀ ਆਈਐਸ ਅਫਸਰ ਪੀਐਸਓ ਸਾਡੇ ਸਾਰੇ ਕਿਉਂ ਸਾਡੀ ਮਾਰਸਲ ਕੌਣ ਸੀ ਵਧੀਆ ਕੌਣ ਸੀ ਪਰ ਅੱਜ ਸਾਡੀ ਇਸ ਮਾੜੀ ਲੀਡਰਸ਼ਿਪ ਨੇ ਇਹਨਾਂ ਮਾੜੇ ਪ੍ਰਬੰਧਾਂ ਨੇ ਜਿਵੇਂ ਅੱਜ ਉੱਥੋਂ ਮੈਨੇਜਮੈਂਟ ਤੋਂ ਸਾਡਾ ਕੋਟਾ ਖਤਮ ਹੋ ਗਿਆ ਉਸੇ ਤਰ੍ਹਾਂ ਹੁਣ ਨਾ ਜਿਹੜੇ ਆਈਐਸ ਅਫਸਰ ਲੱਗਦੇ ਨੇ ਉਹ ਫਲਾਣਾ ਰਾਮਚੰਦ ਫਲਾਣਾ thymka ਉਹ ਸਾਰੇ ਜੂਪੀ ਸਾਡੇ ਆਲੇ ਬਾਹਰ ਗੇਟਾਂ ਤੇ ਪਾਣੀ ਦੇ ਗਲਾਸ ਫੜਾਉਣ ਵਾਸਤੇ ਖੜੇ ਨੇ ਮੈਂ ਇਹ ਨਹੀਂ ਕਹਿੰਦਾ ਵੀ ਉਹ ਮੰਨਦੇ ਨੇ ਜਾਂ ਅਸੀਂ ਚੰਗੇ ਆ ਜਾਂ ਉਹ ਉੱਚੇ ਨੇ ਜਾਂ ਅਸੀਂ ਨਹੀਂ ਮੈਂ ਨਾ ਪਰ ਜਿਹੜਾ ਨਘਾਰ ਹੈ ਜਿਹੜਾ ਤੁਸੀਂ ਕਹਿ ਰਹੇ ਮੇਰੇ ਨਾਲ ਕਾਟਾ ਕੀ ਪਊ ਇਹ ਕਾਟਾ ਪੈਣਾ ਪੰਜਾਬ ਨੂੰ ਜਿਹੜੀਆਂ ਸਾਡੀਆਂ ਸੀਟਾਂ ਨੇ ਜਿਹੜੇ ਸਾਡੇ ਹੱਕ ਨੇ ਉਹ ਇਹ ਦਿਨ ਪਰ ਦਿਨ ਇਹਨਾਂ ਦੀ ਲੀਡਰਸ਼ਿਪ ਨਾਲ ਸਾਡੇ ਉਹ ਮਰ ਰਹੇ ਨੇ ਇਹਨਾਂ ਪੰਜਾਬ ਸਰਕਾਰ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੇ ਪੰਜਾਬ ਸਰਕਾਰ ਸਮਾਂ ਰਹਿੰਦੇ ਉਧਰ ਧਿਆਨ ਦਿੰਦੀ ਤਾਂ ਇਹ ਦਿਨ ਕੀ ਸਾਨੂੰ ਨਹੀਂ ਦੇਖਣੇ ਪੈਣੇ ਸੀ ਦੇਖੋ ਜਿਹੜੀ ਜੇ ਪੰਜਾਬ ਸਰਕਾਰ ਹੈ ਜਿਹੜੀ ਇਹ ਸਾਡੇ ਖੁਦਮਖਤਿਆਰੀ ਸਾਡੇ ਬਹੁਤ ਹੱਕ ਨੇ ਜਿਹੜੇ ਮਤਲਬ ਅਸੀਮ ਮਤਲਬ ਆਪਦੇ ਸਰਕਾਰ ਤੇ ਦਬਾਅ ਪਾ ਕੇ ਰੱਖ ਸਕਦੇ ਆ ਜਿਹੜੀ ਪੰਚਾਇਤ ਆ ਇੱਕ ਪੰਜ ਸਰਪੰਚ ਹੈ ਉਹਦਾ ਜੇ ਕੋਈ ਮਤਾ ਪਾਇਆ ਵਾ ਉਹ ਆਪਣੇ ਮਾਨਯੋਗ ਸਾਡੇ ਸੁਪਰੀਮ ਕੋਰਟ ਚ ਵੈਲਿਡ ਹੈ ਲੋਕ ਸਭਾ ਦੇ ਵਿੱਚ ਸੌਰੀ ਆਪਣੇ ਹਾਈ ਕੋਰਟ ਦੇ ਵਿੱਚ ਵੈਲਿਡ ਹੈ ਇੱਕ ਪੰਚਾਇਤ ਦਾ ਮਤਾ ਪਾਇਆ ਵਾ ਕਿਉਂਕਿ ਚੁਣੀ ਵੀ ਐ ਹੂੰ ਇਸੇ ਤਰ੍ਹਾਂ ਜਿਹੜੀ ਸਾਡੀ ਪੰਜਾਬ ਸਰਕਾਰਾਂ ਸਾਡੀ ਚੁਣੀ ਵੀ ਐ ਹੂੰ ਉਹ ਵਿਧਾਨ ਸਭਾ ਦੇ ਵਿੱਚ ਜਿਹੜਾ ਮਤਾ ਪਾ ਦੂਗੀ ਜਿਹੜਾ ਕੋਈ ਫੈਸਲਾ ਲੈ ਲੂ ਉਹ ਸੈਂਟਰ ਨੂੰ ਮੰਨਣਾ ਪਊ ਹੂੰ ਸਾਡੇ ਸੰਵਿਧਾਨ ਦੇ ਵਿੱਚ ਹੱਕ ਨੇ ਜਿਹੜਾ ਵੀ ਚੁਣਿਆ ਬਾਸੀ ਉਹ ਮਤੇ ਪਾ ਸਕਦੇ ਆ ਜਿਹੜੇ ਸਾਡੇ ਪੰਜਾਬ ਦੇ ਉਲਟ ਨੇ ਇਹ ਵਿਧਾਨ ਸਭਾ ਦੇ ਵਿੱਚ ਸਪੈਸ਼ਲ ਸੈਸ਼ਨ ਲਿਆ ਕੇ ਇਹ ਸਮਾਂ ਤੇ ਦੁਬਾਰਾ ਕਹਿਣ ਵੀ ਸਾਡਾ ਇੱਕ ਨਹੀਂ ਸਾਡਾ ਇੱਕ ਮੈਂਬਰ ਹੋਰ ਵਧਾਓ ਹੂੰ ਇਹ ਆਉਂਦੇ ਇੰਨਾ ਪ੍ਰੈਸ਼ਰ ਪਾ ਦੇਣ ਸੈਂਟਰ ਤੇ ਸੈਂਟਰ ਨੂੰ ਕਿਤੇ ਲੋਡ ਨਹੀਂ ਪੰਜਾਬ ਦੀ ਉਹਦੇ ਵਿੱਚ ਜਾ ਕੇ ਮਤੇ ਪਾਣ ਵੀ ਸਾਡੇ ਲੋਕਾਂ ਦੀ ਆ ਮੰਗ ਹੈ ਸਾਡੇ ਹੱਕ ਨੇ ਐਨਾ ਅਸੀਂ ਨੁਕਸਾਨ ਚੱਲਦੇ ਆ ਐਨਾ ਜਦੋਂ ਹੜਾ ਆਉਂਦੇ ਨੇ ਜਦੋਂ ਟਰਬਾਈਨਾ ਤੋਂ ਪਾਣੀ ਚੱਕਿਆ ਜਾਂਦਾ ਉਹ ਸਾਡੇ ਪਿੰਡਾਂ ਦੇ ਪਿੰਡ ਤਵਾ ਕਰਦਾ ਵੀ ਇਹ ਜਿਹੜੇ ਸਾਡੇ ਹੱਕ ਨੇ ਸਾਡੇ ਸਾਡਾ ਜਿਹੜਾ ਸਾਡੀ ਮੈਂਬਰੀ ਹੈ ਸਥਾਈ ਮੈਂਬਰੀ ਉਹ ਸਾਡੀ ਰਹਿਣੀਓ ਰਹਿਣੀ ਚਾਹੀਦੀ ਆ ਸਭ ਕੁਝ ਕਰ ਸਕਦੀ ਆ ਪੰਜਾਬ ਸਰਕਾਰ ਫਿਰ ਇਹ ਤਾਂ ਹੋ ਗਿਆ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਦਾ ਮੁੱਦਾ ਹਾਂਜੀ ਇੱਕ ਮੁੱਦਾ ਬਹੁਤ ਉੱਠਿਆ ਬਲਦੇਵ ਸਿੰਘ ਸਿਰਸਾ ਜੀ ਹਾਂਜੀ ਹਾਂਜੀ ਧਰਨਾ ਲਾਈ ਬੈਠੇ ਨੇ ਹਾਂਜੀ ਮੋਹਾਲੀ ਦੇ ਵਿੱਚ ਹਾਂਜੀ ਸਿੱਖ ਇਤਿਹਾਸ ਨਾਲ ਵੀ ਸੇੜਸੜ ਕੀਤੀ ਜਾ ਰਹੀ ਹੈ ਹਾਂਜੀ ਹਾਂਜੀ ਬਹੁਤ ਜਿਹੜਿਆ ਮੰਦਾਏ ਸੁਣਨ ਦੇ ਯੋਗ ਵੀ ਨਹੀਂ ਇਦਾਂ ਦੀਆਂ ਜਿਹੜੀਆਂ ਸ਼ਬਦ ਨੇ ਉਹ ਲਿਖੇ ਗਏ ਨੇ ਗੁਰੂ ਸਾਹਿਬਾਨਾਂ ਬਾਰੇ ਸ਼ਾਇਦ ਪਲੱਸ 2 ਦਾ ਕੋਈ ਇਦਾਂ ਦਾ ਜਿਹੜਾ ਸਬਜੈਕਟ ਹੈ ਉਹਦੇ ਵਿੱਚ ਨੇ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਜਿਹੜੇ ਇੱਕ ਜਿਵੇਂ ਪਿਛਲੇ ਸਮੇਂ ਆਪਣੇ ਸਿੱਧੂ ਦੀ ਭਾਈ ਉਹਨੇ ਵੀ ਕਹਾ ਕਹਿੰਦਾ ਇਹ ਤਾਂ ਅੱਕਾਂ ਤੋਂ ਵੀ ਪੈਦਾ ਹੋ ਜੂਗੀ ਮਤਲਬ ਇਹ ਕੌਮ ਹੈ ਹੂੰ ਜਿੰਨਾ ਇਹਨੂੰ ਇਹ ਮਾਰਨ ਦੀ ਕੋਸ਼ਿਸ਼ ਕਰਦੇ ਨੇ ਉਹਨੇ ਸਾਡੇ ਬੁੱਧੀਜੀਵੀ ਪੈਦਾ ਹੁੰਦੇ ਨੇ ਸਿਰਸਾ ਜਿੱਥੇ ਸਾਡਾ ਕਿਸਾਨ ਆਗੂ ਹੈ ਉਥੋਂ ਨੇ ਸਾਡੇ ਨਾਲ ਜਿਹੜੀ ਛੇੜ ਸਾੜ ਹੋਈ ਹੈ ਮਤਲਬ ਉਹਨੇ ਕੱਢ ਲਈ ਪੋਪਤਲੀ ਖੋਲ ਲਈ ਹੂੰ ਹੁਣ ਫੇਰ ਕੱਲ ਨੂੰ ਜਦ ਅਸੀਂ ਇਹ ਗੱਲ ਤੇ ਕਹਾਂਗੇ ਵੀ ਸਾਡੇ ਧਰਮ ਨਾਲ ਸੇੜਸਾੜ ਹੋ ਰਹੀ ਐ ਸਾਡੇ ਸਿੱਖਾਂ ਨਾਲ ਮਤਲਬ ਇਹ ਹੋ ਰਹੀ ਐ ਜਿਵੇਂ ਸਾਡੇ ਕਿਸਾਨਾਂ ਨੂੰ ਉੱਤੇ ਇਹਨਾਂ ਨੇ ਅਤਵਾਦੀ ਵੱਖਵਾਦੀ ਦਿਖਾਇਆ ਜਦੋਂ ਅਸੀਂ ਕੋਈ ਆਪਦੇ ਧਰਮ ਦੀ ਗੱਲ ਕਰਦੇ ਆਂ ਜਦੋਂ ਕੋਈ ਅਸੀਂ ਆਪਣੇ ਗ੍ਰੰਥਾਂ ਦੀ ਗੱਲ ਕਰਦੇ ਆਂ ਜਦੇ ਸਾਨੂੰ ਅਤਵਾਦੀ ਵੱਖਵਾਦੀ ਪੇਸ਼ ਕਰਦੇ ਨੇ ਪਰ ਇਹਦੇ ਜ਼ਿੰਮੇਵਾਰ ਕੌਣ ਆ ਜ਼ਿੰਮੇਵਾਰ ਜਿਹੜੀ ਜਮਾਤ 50 ਸਾਲ ਤੋਂ ਜਿੱਥੇ ਪੰਜਾਬ ਦੇ ਵਿੱਚ ਕਾਬਜਾ ਹੈ ਜਿੱਥੇ ਉਹ ਸਾਡੇ ਧਾਰਮਿਕ ਪ੍ਰਬੰਧ ਦੇ ਵਿੱਚ ਕਾਮਯਾਬ ਹੈ ਸੌਰੀ ਮਤਲਬ ਪ੍ਰਬੰਧ ਚਲਾ ਰਹੀ ਹੈ ਉਹ ਪੂਰਨ ਤੌਰ ਤੇ ਉਹ ਹੈ ਕਿਉਂਕਿ 370 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਨੇ ਉਹ ਅੰਮਰਸਰ ਤੋਂ ਲਾਪਤਾ ਹੋ ਪਏ ਨੇ ਉਹ ਇਹਨਾਂ ਕੋਲ ਕੋਈ ਰਿਕਾਰਡ ਨਹੀਂ ਕੌਣ ਲੈ ਗਿਆ ਕਿੱਥੇ ਲੈ ਗਿਆ ਮੰਨ ਲਓ ਉਹਨੂੰ ਕਿਤੇ ਭੇਜ ਦੇਣਾ ਉੱਥੇ ਵਿੱਚੋਂ ਅੰਗ ਕੱਢ ਕੇ ਹੋਰ ਅੰਗ ਪਾ ਦੇਣਾ ਜਿਹੜੀ ਸਾਡੀ ਬਾਣੀ ਹੈ ਉਹਨੂੰ ਵਿੱਚ ਪਾ ਦੇਣਾ ਕੱਲ ਨੂੰ ਉੱਥੇ ਫਿਰੇ ਵਿਵਾਦ ਖੜਾ ਕਰ ਦੇਣਗੇ ਵੀ ਆਹ ਦੇਖੋ ਸੋਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲੇਕਿਆ ਆ ਵਾ ਇਹ ਜਿਹੜਾ ਸਲੂਟ ਕਰਦੇ ਆ ਅਸੀਂ ਸਿਰਸਾ ਸਾਹਿਬ ਨੂੰ ਸਾਨੂੰ ਪਿੰਡਾਂ ਨੂੰ ਜਾਗਣਾ ਚਾਹੀਦਾ ਇਹ ਤੁਰਨਾ ਚਾਹੀਦਾ ਇੱਕ ਵਿਚਾਰਾ ਦੇਖੋ ਕਿੱਡੀ ਲਾਹਨਤ ਦੀ ਗੱਲ ਹੈ ਅੱਜ ਅਸੀਂ ਵਰਲਡ ਦੇ ਵਿੱਚ ਰਾਜ ਕਰ ਰਹੇ ਹਾਂ ਵਰਲਡ ਤੇ ਸਾਡੇ ਇਨਸਾਨ ਸਾਹਿਬ ਝੂਲਦੇ ਨੇ ਜਿਹੜੀ ਮਤਲਬ ਉਹ ਬੇਅਦਬੀ ਹੋ ਰਹੀ ਹੈ ਮਤਲਬ ਗਲਤ ਪ੍ਰਚਾਰ ਕੀਤਾ ਜਾ ਰਿਹਾ ਉਹ ਕੱਲਾ ਸਿਰਸਾ ਬੈਠਾ ਕਿੱਡੀ ਸਾਡੇ ਤੇ ਲਾਹਨਤ ਦੀ ਗੱਲ ਹੈ ਸਰਕਾਰਾਂ ਤੇ ਤਾਂ ਲਾਹਨਤ ਹੈਗੀ ਉਹ ਹੈਗੀ ਇਹਨਾਂ ਨੂੰ ਤਾਂ ਜਿਹੜੀ ਲਾਹਨਤ ਹੈ ਪਰ ਸਾਡੇ ਲੋਕ ਕਿਉਂ ਨਹੀਂ ਜਾਗਰਤ ਹੁੰਦੇ ਦੇਖੋ ਮੈਂ ਹਿੰਦੁਸਤਾਨ ਦੇ ਸੰਵਿਧਾਨ ਦੇ ਵਿੱਚ ਅਸੀਂ ਉਹ ਰੱਖਦੇ ਆ ਮਤਲਬ ਪੂਰਾ ਵਿਸ਼ਵਾਸ ਕਰਦੇ ਆ ਸਤਕਾਰ ਕਰਦੇ ਆ ਇੱਥੋਂ ਦੇ ਆਮ ਸਹਿਰੀ ਇੱਕ ਨੰਬਰ ਦੇ ਸਹਿਰੀ ਲੈ ਕੇ ਅਸੀਂ ਮਤਲਬ ਜਿਉਣਾ ਚਾਉਨੇ ਆ ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਹੈ ਵੀ ਪਰ ਫੇਰ ਸਾਡੇ ਹੀ ਧਾਰਮਿਕ ਗ੍ਰੰਥਾਂ ਨਾਲੇ ਸੇੜ-ਸਾੜਾ ਜਿਹੜੀ ਕਿਉਂ ਕੀਤੀ ਜਾਂਦੀ ਹੈ ਕਿਉਂ ਸਾਡੀ ਬਾਣੀ ਹੈ ਸਾਡੀ ਨਹੀਂ ਬਾਣੀ ਅਕਾਲ ਦੀ ਬਾਣੀ ਹੈ ਜਿਹੜੀ ਵੀ ਇਹ ਗੁਰੂ ਸਾਹਿਬ ਨੇ ਜਿਨ੍ਹਾਂ ਨੇ ਵੀ ਲਿਖਿਆ ਬਾਣੀ ਉਹ ਕਿਤੇ ਨਹੀਂ ਲਿਖਿਆ ਉਹ ਕਹਿੰਦੇ ਨੇ ਵੀ ਅਕਾਲ ਦੀ ਬਾਣੀ ਆ ਵੀ ਸਰਬ ਸਭ ਦੀ ਸਾਂਝੀ ਬਾਣੀ ਐ ਫਿਰ ਕਿਉਂ ਮਤਲਬ ਇਹਨਾਂ ਨੂੰ ਬਾਰ-ਬਾਰ ਛੇੜਿਆ ਜਾਂਦਾ ਕਿਉਂ ਸਾਡੀ ਜਿਹੜੀ ਜ਼ਿੰਮੇਵਾਰ ਜਮਾਤ ਐ ਕਿਉਂ ਮਤਲਬ ਇਸ ਤੇ ਐਕਸ਼ਨ ਨਹੀਂ ਲੰਦੀ ਜਾਂ ਜਦੋਂ ਦੇਖੋ ਜਾਂ ਤਾਂ ਗੁਰੂ ਗ੍ਰੰਥ ਸਾਹਿਬ ਤੇ ਛੱਡ ਦੋ ਜਿਵੇਂ ਉਹ ਸਾਡੇ ਤਰਲੋਚਨ ਸਿੰਘ ਜੀ ਨੇ ਇੱਕ ਪਿਛਲੇ ਦਿਨ ਉਹਨਾਂ ਦੀ ਵੀਡੀਓ ਆਈ ਵੀ ਜਿਹੜਾ ਗੁਰਦੁਆਰਿਆਂ ਦਾ ਪ੍ਰਬੰਧ ਆ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਹਵਾਲੇ ਕਰ ਦੋ ਅਸੀਂ ਵੀ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਵਾਲੇ ਬੰਦਿਆਂ ਨੂੰ ਤਾਂ ਕਰਨਾ ਹੀ ਪਊ ਪਰ ਕਿਵੇਂ ਪਰ ਉਹਨਾਂ ਨੇ ਬਹੁਤ ਵਧੀਆ ਗੱਲ ਪਾਈ ਵੀ ਜਿੰਨੇ ਬੰਦੇ ਚਾਹੁੰਦੇ ਨੇ ਮੈਂਬਰ ਬਣਨਾ ਉਹਨਾਂ ਦੀਆਂ ਪਰਚੀਆਂ ਪਾ ਕੇ ਅਰਦਾਸ ਕਰਕੇ ਉੱਥੇ ਇੱਕ ਬੱਚੇ ਤੋਂ ਛਕਾ ਦਿਓ। ਹੂੰ ਵੀ ਜਿਹੜੇ ਹੋ ਜਾਣਗੇ ਉਹ ਨੂੰ ਮੈਨੇਜਮੈਂਟ ਚਲਾ ਲੈਣਗੇ ਉਹਨਾਂ ਨੇ ਬਾਹਰ ਦੇ ਇੱਕ ਗੁਰਦੁਆਰੇ ਦੀ ਗੱਲ ਕਰੀ। ਹੂੰ ਉਹ ਪਰ ਸਾਡੇ ਤਾਂ 11 ਤੋਂ ਬਾਅਦ ਟਵਾਣਾ ਸਾਹਿਬ 2011 ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀ ਚੋਣੇ ਨਹੀਂ ਹੋਈ। ਹੂੰ ਜਿਹੜੇ ਪਹਿਲਾਂ ਬੈਠੇ ਨੇ ਲਟੇਰੇ ਡਾਕੂ ਸਾਡੇ ਗੁਰੂ ਘਰਾਂ ਦੇ ਡੱਡ ਘਾਣ ਹੋ ਰਹੇ ਨੇ ਉਹੀ ਅੱਜ ਵੀ ਪ੍ਰਬੰਧ ਨੂੰ ਚਾਹ ਰਹੇ ਨੇ। ਉਹ ਕਹਿੰਦਾ ਰਾਣੀ ਨੂੰ ਕੌਣ ਕਹੇ ਵੀ ਅੱਗਾ ਟੱਕ ਹੂੰ ਸੈਂਟਰ ਦੇ ਵਿੱਚ ਜਿਹੜਾ ਵੀ ਹੁੰਦਾ ਉਹਨਾਂ ਨੂੰ ਇਹਨਾਂ ਦੀ ਲੋਡ ਹੁੰਦੀ ਹੈ ਜਿਹੜੇ ਸਾਡੇ ਧਾਰਮਿਕ ਸਮਾਜ ਕਾਗੂ ਨੇ ਸੈਂਟਰ ਨੂੰ ਲੋਡ ਹੁੰਦੀ ਹੈ ਉਹਨਾਂ ਦੀ ਜਦ ਵੀ ਪੰਜਾਬ ਨੂੰ ਲੁੱਟਣਾ ਹੈ ਪੰਜਾਬ ਦਾ ਪਾਣੀ ਲੁੱਟਣਾ ਪੰਜਾਬ ਦੀ ਧਰਤੀ ਲੁੱਟਣੀ ਹੈ ਉਹ ਫਿਰ ਇਹਨਾਂ ਨੂੰ ਖੁੱਲ ਦੇ ਦਿੰਦੇ ਆ ਵੀ ਤੁਸੀਂ ਇੱਧਰ ਲੁੱਟੀ ਜਾਓ ਗੁਰਦੁਆਰਾ ਪ੍ਰਬੰਧ ਕਮੇਟੀ ਚ ਜਾ ਹੋਰ ਲੁੱਟੀ ਜਾਓ ਅਸੀਂ ਪੰਜਾਬ ਨੂੰ ਲੁੱਟੀ ਜਾਂਦੇ ਆ ਆ ਤਾਂ ਸਾਡਾ ਜਹਾਲ ਹੈ ਜੀ ਕੀ ਅਪੀਲ ਕਰਾਂਗੇ ਉਹ ਲਾਸਟ ਦੇ ਵਿੱਚ ਲੋਕਾਂ ਨੂੰ ਚਾਹੇ ਉਹ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਮੁੱਦਾ ਹੈ ਜਾਂ ਫਿਰ ਸਾਡੇ ਸਿੱਖ ਇਤਿਹਾਸ ਨਾਲ ਸੜਸੜ ਕੀਤੀ ਜਾ ਰਹੀ ਹੈ ਬੱਚਿਆਂ ਨੂੰ ਕਿਤਾਬਾਂ ਚ ਗਲਤ ਸਾਪਿਆ ਜਾ ਰਿਹਾ ਪੜਾਉਣ ਦੇ ਲਈ ਕੀ ਅਪੀਲ ਕਰਦੇ ਹੋ ਲੋਕਾਂ ਨੂੰ ਕੀ ਕਰਨਾ ਚਾਹੀਦਾ ਦੇਖੋ ਜੀ ਮੈਂ ਤਾਂ ਲੋਕਾਂ ਨੂੰ ਹੱਥ ਵਨ ਕੇ ਅਪੀਲ ਇਹ ਕਰਦਾ ਹਾਂ ਵੀ ਤੁਸੀਂ ਜਾਗ ਪੋ ਪਹਿਲਾਂ ਤੁਸੀਂ ਨਸਿਆਂ ਤੇ ਨਹੀਂ ਜਾਗੇ ਅੱਜ ਕਿੰਨੀਆਂ ਨੌਜਵਾਨਾਂ ਦੀਆਂ ਲਾਸਾਂ ਜਾ ਰਹੀਆਂ ਰੋਜ਼ ਕਿੰਨੇ ਨੌਜਵਾਨ ਮਰ ਰਹੇ ਨੇ ਜਿਹਦਾ ਪੁੱਤ ਮਰ ਜਾਂਦਾ ਉਹ ਫਿਰ ਉਹਦੇ ਤਰਫ ਦਾ ਵੀ ਮੈਂ ਆ ਕਰ ਲੰਦਾ ਬਾਹ ਕਰ ਲੰਦਾ ਉਹ ਕਹਿੰਦਾ ਵੀ ਤੂੰ ਕਿਸੇ ਦੇ ਘਰੇ ਅੱਗ ਨਾ ਲੱਗੀ ਦੇਖ ਇਹ ਤੇਰੇ ਵੀ ਦੂਰ ਨਹੀਂ ਮੈਂ ਤਾਂ ਸਾਰੇ ਪੰਜਾਬੀਆਂ ਨੂੰ ਸਾਰੇ ਸਿੱਖਾਂ ਨੂੰ ਹਿੰਦੂਆਂ ਨੂੰ ਮੁਸਲਮਾਨਾਂ ਨੂੰ ਸਭ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਸਾਰੇ ਧਰਮ ਸਾਡੇ ਬਰਾਬਰ ਨੇ ਸਾਡੇ ਧਾਰਮਿਕ ਗ੍ਰੰਥ ਬਰਾਬਰ ਨੇ ਜਦੋਂ ਕੋਈ ਅਜਿਹੀ ਚنگਿਆੜੀ ਸ਼ੁਰੂ ਹੁੰਦੀ ਹੈ ਉਸੇ ਸਮੇਂ ਸਹਿਜ ਨਾਲ ਸ਼ਾਂਤੀ ਨਾਲ ਸਾਰੇ ਪਿੰਡਾਂ ਦੇ ਵਿੱਚ ਪ੍ਰੋਟੈਸਟ ਕੀਤੇ ਜਾਣ ਸਰਕਾਰ ਨੂੰ ਇਹ ਭੋਜਵੇ ਵੀ ਇਹ ਕੱਲਾ ਸਿਰਸਾ ਨਹੀਂ ਬੈਠਾ ਸਾਰਾ ਸੰਸਾਰ ਇਸ ਸਮੇਂ ਦੇ ਵਿਰੁੱਧ ਹੈ ਵੀ ਇਹ ਤੇ ਤੁਰੰਤ ਐਕਸ਼ਨ ਲੈ ਕੇ ਜਿਹੜੇ ਵੀ ਬੰਦੇ ਨੇ ਗੱਲ ਕੀਤੀ ਹੈ ਉਹ ਤਾਂ ਕਾਰਵਾਈ ਕਰਕੇ ਤੁਰੰਤ ਗਾਹਾਂ ਨੂੰ ਜਹੀ ਕੋਈ ਬੰਦਾ ਜਿਹੜੇ ਸਮਾਜ ਵਿਰੋਧੀ ਅਨਸਰ ਨੇ ਉਹੀ ਇਹ ਗੱਲ ਕਰਦੇ ਨੇ ਜਿਹੜੇ ਸਮਾਜਿਕ ਬੰਦੇ ਨੇ ਉਹ ਕੋਈ ਜਹੀ ਨਹੀਂ ਉਹਨਾਂ ਬਾਅਦ ਤੇ ਦਾ ਸਾਰੇ ਧਾਰਮਿਕ ਗ੍ਰੰਥ ਨੇ ਜਿਹੜੇ ਇੱਕ ਨੇ ਵੀ ਇਹਨਾਂ ਨੂੰ ਸਾਡੇ ਕਾਨੂੰਨ ਦੇ ਮੁਤਾਬਕ ਸਖਤ ਤੋਂ ਸਖਤ ਹੈ ਜਿਹੜੀ ਉਹ ਸਜ਼ਾ ਮਿਲਣੀ ਚਾਹੀਦੀ ਜੀ 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 ਧੰਨਵਾਦ ਜੀ ਪੰਜਾਬੀ ਲੋਕ ਚੈਨਲ ਤੇ ਸਮਾਂ ਦੇਣ ਦੇ ਲਈ ਹਾਂਜੀ ਇਹ ਸਨ ਸਰਦਾਰ ਗੋਪਾਲ ਸਿੰਘ ਖਨੌੜਾ ਜੀ ਐਮਸੀ ਨੇ ਭਾਸੋ ਤੋਂ ਇਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਹਰ ਇੱਕ ਬੱਚੇ-ਵੱਚੇ ਨੂੰ ਜਾਗਣਾ ਪੈਣਾ ਹੈ ਆਪਣੇ ਹੱਕ ਲੈਣ ਦੇ ਲਈ ਚਾਹੇ ਉਹ ਪਾਖੜਾ ਬਿਆਸ ਮੈਨੇਜਮੈਂਟ ਦਾ ਮੁੱਦਾ ਏ ਜਾਂ ਫਿਰ ਸਿੱਖ ਇਤਿਹਾਸ ਨਾਲ ਸੇੜਸਾੜ ਦਾ ਮੁੱਦਾ ਏ ਉਹਦੇ ਤੇ ਸਭ ਨੂੰ ਜਾ ਕੇ ਇੱਕ ਮੁੱਠ ਹੋ ਕੇ ਤੁਰਨਾ ਚਾਹੀਦਾ ਹੈ ਤਾਂ ਪੰਜਾਬ ਨੂੰ ਬਚਾਇਆ ਜਾ ਸਕਦਾ ਹੈ ਪੰਜਾਬ ਨੂੰ ਖਤਮ ਕਰਨ ਦੇ ਲਈ ਜਿਹੜੀਆਂ ਚਾਲਾਂ ਨੇ ਉਹ ਹਮੇਸ਼ਾ ਚੱਲੀਆਂ ਜਾ ਰਹੀਆਂ ਨੇ ਸੈਂਟਰ ਸਰਕਾਰ ਆ ਜਿਹੜੀ ਉਹ ਚਾਲਾਂ ਚੱਲ ਰਹੀ ਹੈ ਇਸ ਦੇ ਵਿੱਚ ਜਿਹੜੀਆਂ ਪੰਜਾਬ ਦੀਆਂ ਸਰਕਾਰਾਂ ਨੇ ਚਾਹੇ ਉਹ ਅਕਾਲੀ ਭਾਜਪਾ ਦੀ ਸਰਕਾਰ ਹੋਵੇ ਜਾਂ ਕਾਂਗਰਸ ਦੀ ਸਰਕਾਰ ਹੋਵੇ ਉਹ ਵੀ ਬਰਾਬਰ ਦੀਆਂ ਹਿੱਸੇਦਾਰ ਨੇ ਕਿਉਂਕਿ ਪਾਖੜਾ ਬਿਆਸ ਮੈਨੇਜਮੈਂਟ ਦੇ ਵਿੱਚ ਜਿਹੜੀਆਂ ਪੰਜਾਬ ਦੀਆਂ ਸਾਮੀਆਂ ਨੇ ਪੰਜਾਬ 'ਚ ਸਰਕਾਰਾਂ ਕਰ ਕਰ ਨੌਕਰੀ ਦੇਣ ਦੇ ਰੁਜ਼ਗਾਰ ਦੇਣ ਦੀਆਂ ਗੱਲਾਂ ਕਰਦੀਆਂ ਨੇ ਪਰ ਰੁਜ਼ਗਾਰ ਕਾਗਜ਼ਾਂ 'ਚ ਮਹੀਆ ਹੁੰਦਾ ਏ ਰੁਜ਼ਗਾਰ ਪੂਰਾ ਦਿੱਤਾ ਨਹੀਂ ਜਾਂਦਾ ਕਿਉਂਕਿ ਇਸ ਦਾ ਇੱਕ ਬਹੁਤ ਵੱਡਾ ਮੁੱਦਾ ਸਾਹਮਣੇ ਆਇਆ ਭਾਖੜਾ ਬਿਆਸ ਮੈਨੇਜਮੈਂਟ ਤੋਂ ਜਿੱਥੇ 1565 ਅਸਾਮੀਆਂ ਨੇ ਜਿਹੜੀਆਂ ਪੰਜਾਬ ਤੋਂ ਭਰਤੀ ਕੀਤੀਆਂ ਜਾ ਸਕਦੀਆਂ ਨੇ ਉੱਥੇ ਤਕਰੀਬਨ 328 ਜਿਹੜੇ ਮੁਲਾਜ਼ਮ ਨੇ ਪੰਜਾਬ ਦੇ ਉੱਥੇ ਇਸ ਟਾਈਮ ਕੰਮ ਕਰ ਰਹੇ ਸੀਗੇ ਤੇ 1237 ਨੇ ਜਿਹੜੇ ਉਹ ਸਾਮੀਆਂ ਖਾਲੀ ਪਈਆਂ ਸੀਗੀਆਂ ਤੇ ਪੰਜਾਬ ਸਰਕਾਰ ਆ ਜਿਹੜੀ 2020 ਅਰ 21 ਦੇ ਦਰਮਿਆਨ 276 ਕਰੋੜ ਰੁਪਈਆ ਇਹ ਜਿਹੜਾ ਆ ਵਿਆਸ ਭਾਖੜਾ ਮੈਨੇਜਮੈਂਟ ਨੂੰ ਦੰਦੀ ਰਹੀ ਆ ਮੁਲਾਜ਼ਮਾਂ ਦੀਆਂ ਤਨਖਾਹਾਂ ਦੇਣ ਦੇ ਲਈ ਕਿਤੇ ਨਾ ਕਿਤੇ ਗਲਤੀ ਪੰਜਾਬ ਸਰਕਾਰ ਦੀ ਵੀ ਆ ਪੰਜਾਬ ਦੇ ਲੋਕਾਂ ਦੇ ਵੀ ਆ ਆਪਣੇ ਹੱਕਾਂ ਦੇ ਲਈ ਅੱਗੇ ਹੋ ਕੇ ਕੁਝ ਨਹੀਂ ਸੋਚਦੇ ਕੁਝ ਨਹੀਂ ਵਿਚਾਰ ਕਰਦੇ ਰਾਜਨੀਤਿਕ ਪਾਰਟੀਆਂ ਦੇ ਮਗਰ ਝੰਡੇ ਚੱਕ ਕੇ ਜੈਕਾਰੇ ਲਾਉਣ ਜੋਗਿਓ ਨੇ ਅਸੀਂ ਅਪੀਲ ਕਰਦੇ ਆ ਕਿ ਆਪਣੇ ਹੱਕਾਂ ਨੂੰ ਪਹਿਚਾਣੋ ਆਪਣੀ ਹੋਂਦ ਨੂੰ ਪਹਿਚਾਣੋ ਅਤੇ ਅੱਗੇ ਹੋ ਕੇ ਆਪਣੇ ਹੱਕਾਂ ਦੀ ਲੜਾਈ ਲੜੋ ਤਾਂ ਕਿ ਪੰਜਾਬ ਨੂੰ ਪੰਜਾਬ ਬਣਾਇਆ ਜਾ ਸਕੇ ਅਸੀਂ ਤੁਹਾਨੂੰ ਪਲ-ਪਲ ਦੀ ਅਪਡੇਟ ਦਿੰਦੇ ਰਹਾਂਗੇ ਤੁਸੀਂ ਦੇਖਦੇ ਰਹੋ ਪੰਜਾਬੀ ਲੋਕ ਚੈਨਲ ਕੈਮਰਾਮੈਨ ਮਨੀ ਬੈਦ ਦੇ ਨਾਲ ਮਰਵਿੰਦਰ ਸਿੰਘ ਚਵਾਣਾ ਹੈਲੋ